ਸਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ। ਇੱਕ ਪਾਸੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਦੂਜੇ ਪਾਸੇ ਪੰਜਾਬ ਦੇ ਵਿੱਚ ਵੱਡੇ ਘਟਨਾਕਰਮ ਸਾਹਮਣੇ ਆ ਰਹੇ ਆ। ਜਦੋਂ ਮਸੀਹ ਫੜ ਹੁੰਦਾ ਨਸ਼ਿਆਂ ਦੇ ਮਾਮਲੇ ਵਿੱਚ ਤਾਂ ਵਿਰੋਧੀ ਧਿਰਾਂ ਰੋਲਾ ਪਾਉਂਦੀਆਂ ਕਿ ਜਾਂਚ ਕਰਾਓ ਜੀ ਕਿਤੇ ਮਜੀਠੀਆ ਤੱਕ ਤਾਂ ਨਹੀਂ ਤੜਾ ਪਹੁੰਚਦੀਆਂ। ਅਕਾਲੀ ਦਲ ਇੱਕ ਵਾਰ ਫਿਰ ਕਿਰਦਾਰਾਂ ਜਰਾਂਦਾ। ਪਰ ਅਚਾਨਕ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਬਿਆਨ ਆਉਂਦਾ ਕਿ ਜਿਹੜਾ ਵੀ ਕਰਤਾਰਪੁਰ ਸਾਹਿਬ ਜਾਂਦਾ ਮੱਥਾ ਟੇਕਣ ਉਹ ਉਥੋਂ ਬੰਬ ਬਣਾਉਣ ਦੀ ਟ੍ਰੇਨਿੰਗ ਲੈ ਕੇ ਆਉਂਦਾ। ਕੀ ਜਿੰਨੇ ਸ਼ ਸੋ ਇਸ ਮਸਲੇ ਤੇ ਹੁਣ ਕਾਂਗਰਸ ਦੀ ਵਾਰੀ ਸੀ ਕਿਰਨ ਦੀ ਇਸ ਦੇ ਨਾਲ ਇੱਕ ਹੋਰ ਗੋਲ ਕਾਂਗਰਸ ਦੇ ਪਾਲੇ 'ਚ ਹੁੰਦਾ ਜਦੋਂ ਡੀਐਸਪੀ ਸੇਖੋਂ ਆਖਦਾ ਕਿ ਜੀ ਜਿਹੜਾ ਆਸ਼ੂ ਹੈ ਉਹਦੇ ਅਤਵਾਦੀਆਂ ਨਾਲ ਸਬੰਧ ਨੇ ਆਸ਼ੂ ਤੇ ਵਿਵਾਦ ਦੋ ਨਾ ਇਕੱਠੇ ਹੀ ਚੱਲਦੇ ਨੇ ਪੰਜਾਬ ਦੇ ਵਿੱਚ ਸੋ ਇਹਨਾਂ ਵਿਵਾਦਾਂ ਦੇ ਵਿੱਚ ਕਿਰੇ ਮੰਤਰੀ ਇਹਨਾਂ ਵਿਵਾਦਾਂ 'ਚ ਕਿਰੇ ਡੀਜੀਪੀ ਤੇ ਉਸ ਦੇ ਦੌਰਾਨ ਵਿਧਾਨ ਸਭਾ ਸੈਸ਼ਨ ਹਗਾਮੇ ਤਾਂ ਫਿਰ ਹੋਣ ਗਈ ਇਹਨਾਂ ਸਾਰੇ ਮਸਲਿਆਂ ਤੇ ਜਿੱਥੇ ਚਰਚਾ ਉੱਥੇ ਇੱਕ ਵਾਰ ਫਿਰ ਟਕਸਾਲੀ ਅਕਾਲੀ ਦਲ ਨੇ ਬਾਦਲਾਂ ਨੂੰ ਆਪਣੀ ਤਾਕਤ ਵਿਖਾਈ ਵੱਡੀ ਰੈਲੀ ਕਰਕੇ ਚਰਚਾ ਹੋ ਵੀ ਰਹੀ ਸੋ ਇਹਨਾਂ ਸਾਰੀਆਂ ਚਰਚਾਵਾਂ 'ਤੇ ਕਰਾਂਗੇ ਚਰਚਾ ਤੇ ਚਰਚਾ ਕਰਨ ਲਈ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਸਾਰੇ ਮਸਲਿਆਂ ਦੇ ਉੱਤੇ ਨਜ਼ਰਸਾਨੀ ਕਰਨ ਵਾਲੇ ਇੰਦਰਪ੍ਰੀਤ ਜੀ ਸਾਡੇ ਨਾਲ ਨੇ ਇੰਦਰਪ੍ਰੀਤ ਜੀ ਸਵਾਗਤ ਕਰਦੇ ਥੈਂਕ ਯੂ ਦਿਨਕਰ ਗੁਪਤਾ ਜਿੱਦਣ ਦਾ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਿਆ ਉਸ ਦਿਨ ਮੁੱਖ ਮੰਤਰੀ ਤੋਂ ਲੈ ਕੇ ਆਖਰੀ ਸ਼ਰਦਾਲੂ ਤੱਕ ਸਾਰਿਆਂ ਨੂੰ ਅਤਵਾਦੀ ਕਿਹਾ ਦਿਨਕਰ ਗੁਪਤਾ ਨੇ ਪਰਚਾ ਦਰਜ ਕਿਉਂ ਨਹੀਂ ਕਰਦੇ ਫਿਰ ਸਾਰੇ ਇਹ ਬਿਲਕੁਲ ਬੜਾ ਵਾਈਅਤ ਜਿਹਾ ਬਿਆਨ ਆ ਜੇ ਤੁਸੀਂ ਲਗਵੋ ਨੂੰ ਉਸ ਕੰਟੈਕਸਟ ਚ ਦੇਖੋ ਮਤਲਬ ਇੱਕ ਪਾਸੇ ਮਤਲਬ ਪੂਰਾ ਜੋਰ ਲੱਗਿਆ ਹੋਇਆ ਹੈ ਇਸ ਗੱਲ ਦੇ ਉੱਤੇ ਕਿ ਕਿਸੇ ਤਰ੍ਹਾਂ ਜਿਹੜੇ ਦੋਨੋਂ ਮੁਲਕ ਨੇ ਕੰਟਰੀ ਨੇ ਉਹ ਉਹਨਾਂ ਚ ਸੁਹਾਰਦ ਵਾਪਸ ਆਏ ਜੋ ਜੇਕਰ ਉਹ ਨਹੀਂ ਹੈਗਾ ਤਾਂ ਉਹਦਾ ਸਭ ਤੋਂ ਵੱਡਾ ਲਾਸ ਵੀ ਸਾਨੂੰ ਪੰਜਾਬ ਚੱਲਦਾ ਪੰਜਾਬੀ ਹੈ ਵਪਾਰ ਚੱਲਦੇ ਰਹਿ ਰਹੇ ਨੇ ਬਾਇਆ ਕਰਾਚੀ ਮੁੰਬਈ ਤਾਂ ਚੱਲ ਹੀ ਰਹੇ ਨੇ ਹੁਣਾਂ ਤਾਂ ਚੱਲ ਰਹੇ ਨੇ ਸੋ ਮੈਂ ਜਿਹੜਾ ਇਹ ਮੈਨੂੰ ਇਹ ਲੱਗਦਾ ਹੈ ਕਿ ਇਦੇ ਪਿੱਛੇ ਨਾ ਬੜੀਆਂ-ਬੜੀਆਂ ਲੌਬੀਜ਼ ਕੰਮ ਕਰਦੀਆਂ ਨੇ ਮਤਲਬ ਇਸ ਤਰ੍ਹਾਂ ਦਾ ਬਿਆਨ ਕੋਈ ਸਧਾਰਨ ਇਹ ਕੋਈ ਸਧਾਰਨ ਬਿਆਨ ਨਹੀਂ ਹੈਗਾ ਹਾਂ ਕਿਉਂਕਿ ਤੁਸੀਂ ਦੇਖੋ ਵੀ ਇੱਕ ਡੀਜੀਪੀ ਫਿਰ ਉਹ ਵੀ ਜਿਹੜਾ 8 ਸਾਲ ਇੰਟੈਲੀਜੈਂਸ ਚ ਰਿਹਾ ਹੋਵੇ ਗਵਰਨਮੈਂਟ ਆਫ ਇੰਡੀਆ ਚ ਉਹ ਇਸ ਕਿਸਮ ਦਾ ਬਿਆਨ ਦੇਵੇ ਜਿਹੜਾ ਬਹੁਤ ਸੈਂਸਿਟਿਵ ਹੈ ਹਾਂ ਬਹੁਤ ਮਤਲਬ ਇੱਕ ਇੱਕ ਕਦਮ ਇਸ ਤੇ ਫੂਕ ਕੇ ਰੱਖਣਾ ਪੈਂਦਾ ਉੱਤੇ ਉੱਤੇ ਇੰਨਾ ਮਤਲਬ ਕਟਿਆ ਜਾਂ ਬਿਆਨ ਦੇ ਤਾਂ ਮੈਨੂੰ ਲੱਗਾ ਵੀ ਇਹ ਇਹ ਕੋਈ ਉਹ ਸਹਿਸਭਾਓ ਨਿਕਲੀ ਹੋਈ ਗੱਲ ਨਹੀਂ ਹੈ ਇਹ ਪੂਰੇ ਪਲਾਨਡ ਵੇ ਨਾਲ ਹਾਂ ਸਕ੍ਰਿਪਟਡ ਹੈ ਬਿਲਕੁਲ ਇਹ ਪਲਾਨਡ ਵੇ ਨਾਲ ਕੀਤੀ ਹੋਈ ਹੈ ਔਰ ਬੜੀ ਹਾਸੋਈਣੀ ਗੱਲ ਮੈਂ ਤੁਹਾਨੂੰ ਦੱਸਦਾ ਉਹ ਇਹ ਹੈ ਵੀ ਇੱਕ ਪਾਸੇ ਤਾਂ ਡੀਜੀ ਸਾਹਿਬ ਕਹਿ ਰਹੇ ਹੈ ਵੀ ਜਿਹੜੇ ਉੱਤੇ ਜਾ ਰਹੇ ਉਹਨਾਂ ਕੋਲ ਇੰਨਾ ਟਾਈਮ ਹੈ ਕਿ ਉਹ 6 ਘੰਟੇ ਚਤਵਾਦੀ ਬਣ ਕੇ ਵਾਪਸ ਆ ਸਕਦੇ ਹੈ ਦੂਜੇ ਪਾਸੇ ਹੁਣ ਤੋਂ 4 ਦਿਨ ਬਾਅਦ ਹਮ ਯਾਨੀ 28 ਤਰੀਕ ਨੂੰ ਹੋਮ ਸੈਕਟਰੀ ਜਿਹੜਾ ਪੰਜਾਬ ਦਾ ਹੈ ਸਤੀ ਚੰਦਰਾ ਉਹਨੇ ਇੱਕ ਮੀਟਿੰਗ ਬੁਲਾਈ ਹੋਈ ਹੈ ਜਿਹਦੇ ਵਿੱਚ ਵਿਦੇਸ਼ ਮੰਤਰਾਲੇ ਦੇ ਬੰਦੇ ਆਣਗੇ ਹਮ ਸੈਂਟਰ ਗਵਰਨਮੈਂਟ ਆਫ ਇੰਡੀਆ ਦੇ ਜਿਹੜਾ ਹੋਮ ਮਿਨਿਸਟਰੀ ਹੈ ਉਹਦੇ ਬੰਦਿਆਂ ਨੇ ਆਣਾ ਹੈਗਾ ਫਿਰ ਤੁਹਾਡੇ ਇੱਥੇ ਦਾ ਜਿਹੜਾ ਆਰ ਪੀਓ ਹੈ ਉਹਨੇ ਆਣਾ ਹੈਗਾ ਇੰਟੈਲੀਜੈਂਸ ਦੇ ਸਾਰੇ ਬੰਦਿਆਂ ਨੇ ਆਣਾ ਹੈਗਾ ਤੇ ਉਹਨਾਂ ਦੇ ਆਪਣੀ ਪੁਲਿਸ ਫੋਰਸ ਨੇ ਆਣਾ ਹੈਗਾ ਠੀਕ ਹੈ ਜਿਹੜੇ ਇਸ ਗੱਲ ਤੇ ਚਰਚਾ ਕਰਨਗੇ ਕੀ ਕਰਤਾਰਪੁਰ ਸਾਹਿਬ ਜਿੱਥੇ ਮਤਲਬ ਜਦੋਂ ਸ਼ੁਰੂ ਕਰਨਾ ਸੀ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਵੀ ਰੋਜ਼ ਦੇ 5000 ਬੰਦੇ ਜਾਣੇ ਚਾਹੀਦੇ ਸੀ ਸਾਲਿਆਂ ਦੀ ਗਿਣਤੀ ਵਧਾਉਣ ਲਈ ਸੀ ਹਾਂ ਪਰ ਜਾਣਤਾਰੇ 500 ਵੀ ਨਹੀਂ ਰਹੇ ਹਾਂ ਵੀ ਕੀ ਦਿੱਕਤਾਂ ਨੇ ਇਹਦੇ ਵਿੱਚ ਉਹ ਸਾਰੀਆਂ ਦਿੱਕਤਾਂ ਨੂੰ ਮਤਲਬ ਪਹਿਲਾਂ ਉੱਤੇ ਉੱਤੇ ਚਰਚਾ ਕਰਨੀ ਵੀ ਅਗਰ ਤਾਂ ਪਾਸਪੋਰਟ ਕੋਈ ਦਿੱਕਤ ਹੈ ਤਾਂ ਪਾਸਪੋਰਟ ਤੇ ਕਿਉਂਕਿ ਜੇ ਪਾਕਿਸਤਾਨ ਨੇ ਵੀ ਕਿਹਾ ਹੈ ਕਿ ਅਸੀਂ ਪਾਸਪੋਰਟ ਦੀ ਸ਼ਾਖ ਖਤਮ ਕਰ ਦਿੰਦੇ ਹਾਂ ਹਾਂ ਕੀ ਪਾਸਪੋਰਟ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਜਾਂ ਪਾਸਪੋਰਟ ਤਾਂ ਖਤਮ ਨਹੀਂ ਹੁੰਦਾ ਤਾਂ ਲੇਕਿਨ ਪਾਸਪੋਰਟ ਬਣਾਉਣ ਦੀ ਵਿਧੀ ਜਿਹੜੀ ਹੈ ਉਹ ਅਸੀਂ ਨਹੀਂ ਸਰਲ ਕਰ ਦਿੰਦੇ ਆ ਵੀ ਲੋਕਾਂ ਨੂੰ ਕੋਈ ਉਸੇ ਦਿੱਕਤ ਨਾ ਆਵੇ ਇਹ ਇਹ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਕੋਈ ਪੈਸਾ ਜਿਹੜਾ 20 ਡਾਲਰ ਲੱਗੇ ਹੈ ਕੋਈ ਦਿੱਕਤ ਹੈ ਤਾਂ ਇਹਦੇ ਉੱਤੇ ਕੋਈ ਮਤਲਬ ਉਹਨਾਂ ਨਾਲ ਗੱਲਬਾਤ ਕੀਤੀ ਜਾਏ ਜਾਂ ਇਹਨੂੰ ਗਵਰਨਮੈਂਟ ਆਫ ਪੰਜਾਬ ਯਾ ਗਵਰਨਮੈਂਟ ਆਫ ਇੰਡੀਆ ਮਤਲਬ ਸਰਕਾਰਾਂ ਹਾਂ ਮਤਲਬ ਇਸ ਤਰ੍ਹਾਂ ਜਿੰਨੀਆਂ ਵੀ ਚੀਜ਼ਾਂ ਨੇ ਮਤਲਬ ਉਸ ਤੇ ਸ਼ਰਧਾਲੂ ਨੂੰ ਵਧਾਉਣ ਲਈ ਸੋਚਿਆ ਜਾ ਰਿਹਾ ਹੈ ਸ਼ਰਧਾਲੂ ਨੂੰ ਵਧਾਉਣ ਬਾਰੇ ਸੋਚਿਆ ਜਾ ਰਿਹਾ ਹੈ ਤੇ ਇਧਰ ਇਹ ਕਹਿੰਦੇ ਜਾਣਾ ਇਧਰ ਕਹਿੰਦੇ ਜਾ ਰਹੇ ਵੀ ਤੁਸੀਂ ਜਾਓ ਹੀ ਨਾ ਮਤਲਬ ਇਹ ਦੋਨੋਂ ਗੱਲਾਂ ਆ ਪਰਸਪਰ ਵਿਰੋਧੀ ਚੀਜ਼ਾਂ ਨੇ ਸੋ ਇੱਕ ਪਾਸੇ ਜਦੋਂ ਅਸੀਂ ਇਹ ਦੂਜਾ ਜਿਹੜਾ ਡੀਜੀਪੀ ਦੇ ਪੁਆਇੰਟ ਆਫ View ਨਾਲ ਵੀ ਮੈਂ ਗੱਲ ਕਰਦਾ ਜੀ 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 ਸਵਾਲ ਇਹ ਪੁੱਛਿਆ ਗਿਆ ਸੀ ਡੀਜੀਪੀ ਸਾਹਿਬ ਨੂੰ 20 ਪਾਕਿਸਤਾਨ ਜਿਹੜਾ ਹੈਗਾ ਉਹ ਉਹਦੇ ਜਿਹੜੇ ਉਹਦੇ ਹੋਮ ਮਿਨਿਸਟਰ ਨੇ ਉਹਨਾਂ ਦੀ ਇਹ ਅ ਮਤਲਬ ਬਿਆਨ ਆਇਆ ਔਰ ਜੋ ਕਿ ਭਾਰਤ ਦੇ ਪੌਂਟ ਆਫ 뷰 ਨਾਲ ਬੜਾ ਅਹਿਮ ਹੈ ਕਿ ਉਹ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰਦਾ ਚਾਹੁੰਦੇ ਨੇ ਜਸੇਦਾਰ ਸਾਹਿਬ ਨੇ ਹੀ ਮੰਗ ਕੀਤੀ ਹੈ ਉਹਨਾਂ ਨੇ ਮੰਗ ਵੀ ਕੀਤੀ ਹੈ ਸਾਡੀ ਤਾਂ ਪਹਿਲਾਂ ਤੋਂ ਹੀ ਮੰਗ ਹੈ ਯੂਨ ਚੀਫ ਮਿਨਿਸਟਰ ਨੇ ਇਹ ਮੰਗ ਕੀਤੀ ਸੀ ਕਿ ਕਿ ਬਜ਼ੁਰਗ ਲੋਕ ਨੇ ਜਿਨ੍ਹਾਂ ਨੇ ਜਾਣਾਂ ਹੁੰਦਾ ਉਹਨਾਂ ਕੋਲ ਪਾਸਪੋਰਟ ਨਹੀਂ ਹੈ ਸਾਡੇ ਪੰਜਾਬ ਚ ਜਿਨ੍ਹਾਂ ਨੇ ਬਜ਼ੁਰਗ ਹੈਗੇ ਪੁਰਾਣੇ ਉਹਨਾਂ ਕੋਲੇ ਪਾਸਪੋਰਟ ਹੀ ਨਹੀਂ ਹੈ ਤਾਂ ਜਾਣਗੇ ਕਿ ਜਾਣਗੇ ਕਿ ਸੋ ਇਹ ਜਿਹੜੀ ਗੱਲ ਮਤਲਬ ਡੀਜੀਪੀ ਸਾਹਿਬ ਨੂੰ ਜਦੋਂ ਪੁੱਛੀ ਗਈ ਉੱਥੇ ਮਤਲਬ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਦੋਂ ਇਹਨਾਂ ਦਾ ਆਈਡੀ ਐਕਸਚੇਂਜ ਪ੍ਰੋਗਰਾਮ ਸੀ ਉਸ 'ਤੇ ਤਾਂ ਡੀਜੀਪੀ ਸਾਹਿਬ ਨੂੰ ਨੇ ਇਹ ਕਿਹਾ ਕਿ ਜੀ ਸਾਡੇ ਕੋਲ ਕੋਈ ਤਾਂ ਇੱਕ ਜ਼ਰੀਆ ਹੋਣਾ ਚਾਹੀਦਾ ਜਿਸ ਤੇ ਅਸੀਂ ਟੈਪ ਕਰ ਸਕੀਏ ਬੰਦਾ ਵੀ ਫਲਾਣਾ ਬੰਦਾ ਜਾ ਰਿਹਾ ਹੈ ਹੂੰ ਔਰ ਉਹੀ ਵਾਪਸ ਆਏਗਾ ਹੂੰ ਔਰ ਇਹ ਬੰਦਾ ਕੌਣ ਹੈ ਜਿਹੜਾ ਜਾ ਰਿਹਾ ਹੈ ਮਤਲਬ ਇਸ ਲਈ ਉਹਨੇ ਪਾਸਪੋਰਟ ਹੀ ਆਇਡੈਂਟੀਟੀ ਹਾਂ ਇੱਕ ਪਾਸਪੋਰਟ ਹੀ ਹੈ ਜਿਸ ਤੋਂ ਆਇਡੈਂਟੀਫਿਕੇਸ਼ਨ ਬਹੁਤ ਕਲੈਰਿਟੀ ਨਾਲ ਹੋ ਜਾਂਦੀ ਹੈ ਕਿਉਂਕਿ ਪਾਸਪੋਰਟ ਜਿੰਨਾ ਬਣਾਣਾ ਔਖਾ ਹੈ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਹੀ ਹੈ ਜਦੋਂ ਆਪਣੇ ਤੁਸੀਂ ਵੀ ਗਏ ਹੋ ਮੈਂ ਗਿਆ ਵੀਜ਼ਾ ਲੱਗਦੇ ਹੈ ਤਾਂ ਉਸ ਤੋਂ ਪਹਿਲਾਂ ਫਿਰ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਬਿਲਕੁਲ ਤਾਂ ਕਾਫੀ ਚੀਜ਼ਾਂ ਮਤਲਬ ਇਹ ਜਿਹੀਆਂ ਨਹੀਂ ਜਿਹੜੀਆਂ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਠੀਕ ਨਹੀਂ ਪਾਸਪੋਰਟ ਹੋਣਾ ਚਾਹੀਦਾ ਹੈ ਮਤਲਬ ਇਹਦੇ ਉੱਤੇ ਗੱਲ ਚੱਲ ਰਹੀ ਹੈ ਕਿ ਉਹ ਕਹਿੰਦੇ ਵੀ ਇਹ ਰੱਖਣਾ ਹੈ ਮਤਲਬ ਉਹਨਾਂ ਦਾ ਮਨਸ਼ਾ ਇਹ ਸੀ ਕਿ ਜਿਹੜਾ ਪਾਕਿਸਤਾਨ ਬਾਰ-ਬਾਰ ਇਹ ਕਹਿ ਰਿਹਾ ਕਿ ਅਸੀਂ ਪਾਸਪੋਰਟ ਦੀ ਉਹ ਸ਼ਰਤ ਖਤਮ ਕਰ ਦਿੰਦੇ ਹਾਂ ਤਾ ਨਹੀਂ ਕੀਤੀ ਜਾ ਸਕਦੀ ਹਾਂ ਚਲੋ ਚਲੋ ਆਪਾਂ ਇਸ ਗੱਲ ਤੇ ਆ ਗਏ ਕੋਈ ਨਾ ਕੋਈ ਦਿੱਕਤ ਨਹੀਂ ਪਰ ਤੁਸੀਂ ਸਾਰੇ ਸ਼ਰਧਾਲੂਆਂ ਨੂੰ ਇਹ ਕਹਿਣਾ ਵੀ ਉੱਥੇ ਜੀ 6 ਘੰਟੇ ਟ੍ਰੇਨਿੰਗ ਲੈ ਲਏ ਹੈਗੇ ਆ ਤੁਸੀਂ ਵੀ ਗਏ ਹੋ ਉੱਥੇ ਮੈਂ ਵੀ ਜਾ ਕੇ ਆਇਆ ਤੁਸੀਂ ਦੇਖੋ ਵੀ ਉੱਥੇ ਤਾਂ ਜਿਹੜਾ ਉਹ ਗੁਰਦੁਆਰਾ ਪਰੇਸਰ ਹੈ ਉਸ ਤੋਂ ਤਾਂ ਬਾਹਰ ਜਾਣ ਦੀ ਗੱਲ ਬਾਹਰ ਜਾਣ ਦੀ ਅਗਿਆ ਨਹੀਂ ਕਿਸੇ ਨੂੰ ਹਾਂ ਤੇ ਜੇ ਕਿਸੇ ਨੇ ਬਾਹਰ ਹੀ ਨਹੀਂ ਜਾਣਾ ਤਾਂ ਉਹ ਟ੍ਰੇਨਿੰਗ ਕਿੱਥੇ ਲੈਗਾ ਤੁਸੀਂ ਗੁਰਦੁਆਰੇ ਨੂੰ ਸੈਂਟਰ ਕਹਿ ਰਹੇ ਹੋ ਮਤਲਬ ਹੀ ਯਾ ਤਾਂ ਤੁਹਾਡਾ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਉਹ ਜਿਹੜਾ ਗੁਰਦੁਆਰਾ ਹੈਗਾ ਉੱਥੇ ਹੀ ਕਿਤੇ ਇਹਨਾਂ ਨੇ ਫਾਇਰਿੰਗ ਗ੍ਰੇਨ ਬਣਾਈਏ ਉੱਥੇ ਹੀ ਕਿਤੇ ਇਸ ਤਰ੍ਹਾਂ ਦੀ ਟ੍ਰੇਨਿੰਗ ਦੇਣੀ ਹੈ ਤਾਂ ਜੇ ਇਸ ਤਰ੍ਹਾਂ ਹੈਗਾ ਫਿਰ ਤਾਂ ਤੁਹਾਡਾ ਇੰਟੈਲੀਜੈਂਸ ਫੇਲ ਹੈ ਕਿਉਂਕਿ ਮੈਂ ਮੈਨੂੰ ਪਤਾ ਹੈ ਜਦੋਂ ਅਸੀਂ ਪਹਿਲੇ ਜੱਥੇ 'ਚ ਅਸੀਂ ਗਰੇ ਸੀ ਗੰਦਾਰਪੁਰ ਸਾਹਿਬ ਤਾਂ ਬਹੁਤ ਸਾਰੇ ਸਾਡੀ ਇੰਟੈਲੀਜੈਂਸ ਦੇ ਏਜੰਸੀਆਂ ਦੇ ਵੀ ਬੰਦੇ ਉੱਥੇ ਗਏ ਸੀ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਦੇ ਵੀ ਬੰਦੇ ਉੱਥੇ ਸੀ ਜੋ ਸਾਡੇ ਪਿੱਛੇ ਅੱਗੇ ਲੱਗੇ ਰਹੇ ਆ ਸਾਨੂੰ ਠੀਕ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਸੀ ਲੇਕਿਨ ਪਰ ਪਤਾ ਵੀ ਲੱਗ ਜਾਂਦਾ ਹੈ ਅਹ ਅਹਿਸਾਸ ਤਾਂ ਹੁੰਦਾ ਹੀ ਹੈ ਕਿ ਇਹ ਇਹ ਬੰਦਾ ਸਾਨੂੰ ਫੋਲੋ ਕਰ ਰਿਹਾ ਬਿਲਕੁਲ ਸੋ ਇਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਲੱਗਾ ਵੀ ਅਹ ਵੀ ਉੱਥੇ ਇਹ ਕਹਿਣਾ ਵੀ ਉਤੋਂ 6 ਘੰਟੇ ਚ ਕੋਈ ਅਤਵਾਦੀ ਬਣ ਕੇ ਬਾਹਰ ਆਦਾ ਤਾਂ ਫਿਰ ਤਾਂ ਜੇ ਆਪਾਂ ਦੂਸਰੇ ਪਾਸੋਂ ਦੂਸਰੇ ਪਾਸੋਂ ਦੇਖੀਏ ਇੱਥੇ ਤਾਂ 6 ਘੰਟੇ ਲੱਗਦੇ ਆ ਜਦੋਂ ਨਨਕਾਣਾ ਸਾਹਿਬ ਜਾਂਦੇ ਆ ਬਿਲਕੁਲ ਉਸ ਤੋਂ ਚਾਰ-ਚਾਰ ਦਿਨਾਂ ਜਾਂਦੇ ਆ ਚਾਰ-ਚਾਰ ਜਿੱਥੇ ਜਾਂਦੇ ਆ ਆਪਣੇ ਬਸਾਖੀ ਦੇ ਮੌਕੇ ਗੁਰੂ ਗੁਰਨਾਨદેਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਐ ਫਿਰ ਹੋਰ ਸਮਾਗਮਾਂ ਦੇ ਮੌਕੇ ਮੈਂ ਕਹਿੰਦਾ ਉੱਥੇ ਤਾਂ ਚਾਰ-ਚਾਰ ਪੰਜ-ਪੰਜ ਦਿਨ ਲੱਗ ਜਾਂਦੇ ਆ ਫਿਰ ਤਾਂ ਹੁਣ ਤੱਕ ਤਾਂ ਬਹੁਤ ਸਾਰੇ ਬੰਦੇ ਆ ਜਾਣੇ ਚਾਹੀਦੇ ਸੀ ਨਹੀਂ ਇੰਨੇ ਹੋਰ ਸਮਾਗਮ ਹੁੰਦੇ ਆ ਟੀਮਾਂ ਖੇਡਣ ਵਾਲੀਆਂ ਜਾ ਰਹੀਆਂ ਐ ਕੋਈ ਆਹ ਵਰਲਡ ਪੰਜਾਬੀ ਕਾਨਫਰੰਸ ਹੋਈ ਆ ਥੋੜਾ ਜਨਾ ਇਹ ਲੱਗਦਾ ਵੀ ਮੈਂ ਜਿਹੜੀ ਤੁਹਾਨੂੰ ਪਹਿਲੇ ਸ਼ੁਰੂਆਤ ਜਿਹੜੀ ਗੱਲ ਕੀਤੀ ਆ ਕਿ ਮੈਨੂੰ ਇਹ ਪਲਾਨਡ ਵੇ ਨਾਲ ਕਿਉਂ ਲੱਗਦਾ ਹੈ ਮੈਨ ਪਾਰਤ ਤੇ ਪਾਕਿਸਤਾਨ ਦੇ ਵਿੱਚ ਸੁਹਾਰ ਦੀ ਗੱਲ ਚੱਲਦੀ ਹੈ ਖਾਸ ਤੌਰ ਤੇ ਜਦੋਂ ਪੰਜਾਬ ਵਾਲੀ ਸਾਈਡ ਤੋਂ ਪੰਜਾਬ ਉਹਦੋਂ ਹੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਦੋਂ ਇਹ ਪੰਜਾਬ ਨੇੜੇ ਆਉਂਦੇ ਲੱਗਦੇ ਆਂਦੇ ਲੱਗਦੇ ਆ ਜਾਂ ਇਸ ਇਸ ਖਿੱਤੇ ਤੋਂ ਬਿਜ਼ਨਸ ਵਧਣ ਦੀ ਗੱਲ ਚੱਲਦੀ ਹੈ ਤਾਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਬਿਆਨ ਇਸ ਤਰ੍ਹਾਂ ਦੀ ਕੋਈ ਕਟਨਾ ਇਸ ਤਰ੍ਹਾਂ ਦੀ ਕੋਈ ਕਾਰਵਾਈ ਮਤਲਬ ਕੁਝ ਨਾ ਕੁਝ ਇਹ ਜਰੂਰ ਹੁੰਦਾ ਹੈ ਜਿਹਦੇ ਨਾਲ ਇਹ ਗੇਟ ਬੰਦ ਹੋ ਜਾਂਦੇ ਪੱਕੇ ਤੌਰ ਤੇ ਔਰ ਮੁੰਬਈ ਕਰਾਚੀ ਵਾਲੇ ਗੇਟ ਫਿਰ ਚੱਲਦੇ ਰਹਿੰਦੇ ਆ ਔਰ ਉਹ ਬੰਦ ਦੇ ਰਹਿੰਦਾ ਉਹ ਤਾਂ ਬਿਜ਼ਨਸ ਵੀ ਵੱਜ ਜਾਂਦਾ ਹੋਰ ਕਿਉਂਕਿ ਦੇਖੋ ਇਹ ਮੀਡਲ ਈਸਟ ਜਿੰਨਾ ਹੈਗਾ ਇਸ ਨਾਲ ਸਾਡੇ ਵਪਾਰ ਤਾਂ ਚੱਲਣਾ ਹੀ ਨਹੀਂ ਚੱਲਣਾ ਹੀ ਨਹੀਂ ਚਾਹੀਏ ਅਸੀਂ ਪੰਜਾਬ ਦੇ ਥਰੂ ਚਲਾ ਲਈਏ ਚਾਹੀਏ ਅਸੀਂ ਫਿਰ ਬੰਬੇ ਕਰਾਚੀ ਦੇ ਥਰੂ ਚਲਾ ਲਈਏ ਚੱਲਣ ਦਾ ਹੈਗੀ ਨਹੀਂ ਚੱਲਣੇ ਹੈਗੀ ਨਹੀਂ ਹੁਣ ਜਿਹੜਾ ਗੇਟ ਬੰਦ ਹੋਊਗਾ ਉਹ ਦੂਜਾ ਗੇਟ ਤੇ ਬਿਜ਼ਨਸ ਪਹੁੰਚੂਗਾ ਪੀੜ ਉਧਰ ਚੱਲ ਜੂਗੀ ਸਾਰੀ ਸਹੀ ਮੈਨੂੰ ਇਹ ਲੱਗਦਾ ਵੀ ਮੈਨੂੰ ਥੋੜਾ ਜਿਹਾ ਦੂਰ ਸਾਈਡ ਤੋਂ ਇਹ ਲੱਗ ਰਿਹਾ ਵੀ ਜਿਹੜੀ ਇਹ ਲੌਬੀਆਂ ਨੇ ਚਾਹੇ ਉਹ ਕਰੋਚੀ ਵਾਲੀ ਲੌਬੀ ਹੋਵੇ ਚਾਹੇ ਬੰਬੇ ਵਾਲੀ ਲੌਬੀ ਹੋਵੇ ਸਾਡੀ ਇਹ ਇਸ ਕਿਸਮ ਦੇ ਜੋਰ ਤੋੜ ਚ ਲੱਗੀਆਂ ਰਹਿੰਦੀਆਂ ਨੇ ਤੇ ਇਹੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਦੇ ਬਿਆਨ ਦਿਲਵਾਉਂਦੀਆਂ ਇੰਦਰਪ੍ਰੀਤ ਜੀ ਕੀ ਤੁਸੀਂ ਕੱਲੇ ਨੂੰ ਬਿਜ਼ਨਸ ਦੇ ਨਜ਼ਰੀਏ ਤੋਂ ਦੇਖਦੇ ਹੋ ਜਾਂ ਜਿਹੜਾ ਹਾਂ ਭਾਰਤੀ ਜਨਤਾ ਪਾਰਟੀ ਦਾ ਅਜੰਡਾ ਹੈ ਰਾਸ਼ਟਰਵਾਦ ਨੂੰ ਲੈ ਕੇ ਪਾਕਿਸਤਾਨ ਨੂੰ ਲੈ ਕੇ ਕਿ ਉਹਦੀ ਵਿੱਚੋਂ ਕਿਤੇ ਮੁਸਕ ਨਹੀਂ ਆਉਂਦੀ ਐ ਸੋ ਕਿ ਇਹ ਦਿੱਲੀ ਦੀ ਬੋਲੀ ਐ ਜਿਹੜਾ ਦਿਨਕਰ ਗੁਪਤਾ ਬੋਲ ਰਹੇ ਨੇ ਕਿਉਂਕਿ ਮੈਂ ਮੈ ਮੈਨੂੰ ਜਿਹੜਾ ਮੇਰਾ ਜਿਹੜਾ ਸਵਾਲ ਹੈ ਉਹ ਇਹ ਐ ਕਿ ਜੇ ਦਿਨਕਰ ਗੁਪਤਾ ਗਲਤ ਬੋਲ ਗਏ ਉਹ ਪੰਜਾਬ ਦੇ ਡੀਜੀਪੀ ਨੇ ਉਹਨਾਂ ਦੇ ਉੱਤੇ ਮੁੱਖ ਮੰਤਰੀ ਬੈਠਾ ਕੈਬਨਿਟ ਬੈਠੀ ਐ ਕਿਸੇ ਨੇ ਉਹਦੇ ਬਿਆਨ ਦਾ ਖੰਡਨ ਨਹੀਂ ਕੀਤਾ ਕਿਸੇ ਨੇ ਉਹਨੂੰ ਗਲਤ ਨਹੀਂ ਕਿਹਾ ਕੋਈ ਉਹੋ ਜੀ ਟਿੱਪਣੀ ਨਹੀਂ ਆਈ ਉਹਦਾ ਕੀ ਕਰਨ ਦੇਖੋ ਇਹ ਬਿਲਕੁਲ ਤੁਹਾਡੀ ਗੱਲ ਠੀਕ ਐ ਜਦੋਂ ਕੱਲ ਵਿਕਰਮ ਮਜੀਠੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਸੀ ਤਾਂ ਉਹ ਉਹਨਾਂ ਨੂੰ ਵੀ ਅਸੀ ਇਹ ਸਵਾਲ ਪੁੱਛਿਆ ਸੀਗਾ ਕਿ ਜੀ ਤੁਸੀਂ ਕਹਿ ਰਹੇ ਹੋ ਕਿ ਇਹ ਮਤਲਬ ਹੈਂਡ ਪਿਕਡ ਡੀਜੀਪੀ ਹੈ ਔਰ ਉਹਨੂੰ ਕਾਂਗਰਸ ਨੇ ਇੰਟੈਲੀਜੈਂਸ ਬਿਊਰੋ ਤੋਂ ਮਤਲਬ ਚੁੱਕਿਆ ਔਰ ਇੱਥੇ ਕਈ ਬੰਦਿਆਂ ਦੀ ਸੀਨੀਅਰਿਟੀ ਨੂੰ ਇਗਨੋਰ ਕਰਕੇ ਇਹ ਲਗਾਇਆ ਵੀ ਇਹਦੇ ਪਿੱਛੇ ਕਾਂਗਰਸ ਹੈ ਪਰ ਜਿਹੜੀ ਇੱਥੇ ਆਮ ਚਰਚਾ ਹੈ ਲੋਕਾਂ 'ਚ ਤੁਸੀਂ ਦੇਖੋ ਤਾਂ ਉਹ ਤੁਹਾਨੂੰ ਕਹਿਣਗੇ ਕਿ ਇਹ डीजीपी ਜਿਹੜਾ ਹੈ ਸੈਂਟਰ ਦਾ ਬੰਦਾ ਹੈ ਜੀ ਦੋਬਾਲ ਦਾ ਆਦਮੀ ਹੈ ਹਾਂ ਜਿਹਦੀ ਦੋਬਾਲ ਜਿਹੜੇ ਸਾਡੀ ਨੈਸ਼ਨਲ ਸਿਕਿਉਰਿਟੀ ਦੇ ਐਡਵਾਈਜ਼ਰ ਨੇ ਹਾਂ ਮੋਦੀ ਉਮਿਤ ਸ਼ਾਹ ਤੋਂ ਤੀਸਰੇ ਤੀਸਰੇ ਉਹ ਨੇ ਉਹਨਾਂ ਦਾ ਹੈਂਡ ਪਿਕਡ ਆਦਮੀ ਹੈ ਔਰ ਉਹਨਾਂ ਨੇ ਇੱਥੇ ਸਟੈਬਲਿਸ਼ ਕਰਵਾਇਆ ਔਰ ਉਹਨਾਂ ਨੇ ਇਹ ਪੂਰਾ ਜ਼ੋਰ ਲਗਾ ਰੱਖਿਆ ਔਰ ਜਦੋਂ ਵੀ ਗਾਇ ਬਗਾਏ ਕੋਈ ਬਿਆਨ ਆਂਦਾ ਹੈ ਤਾਂ ਉਸ ਸਾਈਡ ਤੋਂ ਹੀ ਆਂਦਾ ਹੈ ਉਸ ਦਿਸ਼ਾ ਚੋਂ ਹੀ ਆਂਦਾ ਹਾਂ ਸੋ ਇਹ ਸਾਡੀ ਹੈ ਲੇਕਿਨ ਇਸ ਤੇ ਵਿਕਰਮ ਹੋਰਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਕਿਉਂਕਿ ਉਹ ਅਗਰ ਦਿੰਦੇ ਹੈ ਤਾਂ ਉਹਨਾਂ ਦੇ ਖੁੱਦ ਦੇ ਉਲਟਾ ਹੀ ਚੱਲ ਪੈਂਦਾ ਉਹਨਾਂ ਦੇ ਅਸਰ ਪੈਂਦਾ ਕਿਉਂਕਿ ਉਹਨਾਂ ਦੀ ਪਾਰਟੀ ਜਿਹੜੀ ਆ ਉੱਥੇ ਭਾਈਵਾਲ ਹੈ ਭਾਈਵਾਲ ਕੀ ਮੰਤਰੀ ਕੁਰਸੀ ਲਈਏ ਭਾਈ ਮੰਤਰੀ ਦੀ ਕੁਰਸੀ ਵੀ ਭਾਈਵਾਲ ਤਾਂ ਹੈ ਹੀ ਤਾਂ ਹੀ ਕੁਰਸੀ ਮਿਲੀਏ ਸੋ ਮੈਨੂੰ ਇਹ ਲੱਗਦਾ ਵੀ ਇਹ ਠੀਕ ਹੈ ਤੁਹਾਡੀ ਗੱਲ ਅ ਕੈਪਟਨ ਸਾਹਿਬ ਹੁਣ ਬਾਰੇ ਵੀ ਇਹ ਹੁਣ ਇੱਕ ਆਮ ਤਰ੍ਹਾਂ ਬਣਦੀ ਜਾ ਰਹੀ ਹੈ ਕਿ ਉਹ ਕਈ ਅਕਸਰ ਜਿਹੜਾ ਹੈਗਾ ਬੀਜੇਪੀ ਦੀ ਬੋਲੀ ਭੁੱਲ ਜਾਂਦੇ ਆ ਜਾਂ ਤੁਸੀਂ ਇਦਾਂ ਕਹਿ ਲਓ ਕਿ ਬੀਜੇਪੀ ਜਿਹੜੀ ਹੈਗੀ ਹੈ ਉਹ ਕੈਪਟਨ ਸਾਹਿਬ ਦੇ ਥਰੂ ਆਪਣੀ ਬੋਲੀਵਲ ਆਉਂਦੀ ਹੈ ਆਪਣੀ ਬੋਲੀ ਬੁਲਵਾ ਜਾਂਦੀ ਹੈ ਤਾਂ ਇਹ ਧਾਰਨਾ ਬਣੀ ਹੋਈ ਹੈ ਜੋ ਟੁੱਟ ਨਹੀਂ ਰਹੀ ਸੋ ਇਸ ਕਿਸਮ ਦੇ ਜਦੋਂ ਬਿਆਨ ਆਉਂਦੇ ਆ ਔਰ ਉਸ ਤੋਂ ਬਾਅਦ ਫਿਰ ਕੈਪਟਨ ਸਾਹਿਬ ਦੀ ਚੁੱਪੀ ਤੁਸੀਂ ਦੇਖੋ 2 ਦਿਨ ਹੋ ਗਏ ਕੈਪਟਨ ਸਾਹਿਬ ਨੇ ਕੋਈ ਬਿਆਨ ਨਹੀਂ ਦਿੱਤਾ ਕੋਈ ਟਵੀਟ ਨਹੀਂ ਕੀਤਾ ਉਸ ਪਰ ਕਾਰਵਾਈ ਦੀ ਗੱਲ ਨਹੀਂ ਕੀਤੀ ਕੋਈ ਕੁਝ ਨਹੀਂ ਕਿਹਾ ਹਾਂ ਬਿਲਕੁਲ ਨਾ ਤਾਂ ਉਹਨੇ ਬਿਆਨ ਦਾ ਸਵਾਗਤ ਕੀਤਾ ਹੈ ਨਾ ਬਿਆਨ ਦਾ ਖੰਡਨ ਕੀਤਾ ਨਾ ਕਿਹਾ ਕਿ ਉਹਨੂੰ ਤਲਬ ਕਰਾਂਗੇ ਬਿਲਕੁਲ ਨਾ ਇਹ ਕਹਿ ਵੀ ਮੈਂ ਇਹ ਉਹਨੂੰ ਪੁੱਛੂੰਗਾ ਵੀ ਕਿਉਂ ਕਿਹਾ ਉਹਨੇ ਕੀ ਉਹਦੇ ਕੋਲ ਇਨਪੁਟਸ ਸੀ ਇਹ ਜਿਹਦੇ ਤੋਂ ਉਹਨੇ ਕਿਹਾ ਇਹਦਾ ਕੀ ਗੱਲ ਆ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਦੇ ਉੱਤੇ ਜਿਹੜੀ ਉਹਨਾਂ ਦੀ ਖਾਮੋਸ਼ੀ ਹੈ ਉਹ ਉਸ ਧਾਰਨਾ ਨੂੰ ਹੋਰ ਪੱਕਾ ਕਰ ਦਿੰਦੀ ਹੈ ਕਿ ਹਾਂ ਇਹ ਬੋਲੀ ਉਹੀ ਬੋਲੀ ਚੱਲੀ ਜਾ ਰਹੀ ਹੈ ਜੋ ਦਿੱਲੀ ਉਹਨਾਂ ਤੋਂ ਬੁਲਵਾਉਣਾ ਚਾਹਦੀ ਹੈ ਅਮਰਿੰਦਰ ਹੋਰਾਂ ਦੇ ਬੋਲਾਂ ਨੂੰ ਲੈ ਕੇ ਵੀ ਚਰਚਾ ਹੁੰਦੀ ਰਹੀ ਜਦੋਂ ਉਦਘਾਟਨੀ ਸਮਾਗਮ ਸੀਗਾ ਜਦੋਂ ਨੀ ਪੱਥਰ ਰੱਖ ਹੋਇਆ ਉਸ ਦਿਨ ਜਹੀ ਜੀ ਬੋਲੀ ਉਹਨਾਂ ਨੇ ਬੋਲੀ ਸੀ ਕਿ ਤੁਹਾਨੂੰ ਲੱਗਦਾ ਕਿ ਪੂਰੀ ਪੰਜਾਬ ਸਰਕਾਰ ਜਾਂ ਅਮਰਿੰਦਰ ਤੇ ਦਿਨਕਰ ਗੁਪਤਾ ਹੋਰੀ ਦਿੱਲੀ ਦੇ ਪ੍ਰਭਾਵ ਵੇਟ ਕੰਮ ਕਰ ਰਹੇ ਮੈਨੂੰ ਲੱਗਦਾ ਕਿ ਮੈਂ ਨਰ ਕਹਿ ਵੀ ਦੇਖੋ ਆਮ ਧਾਰਨਾ ਹੈ ਦੋ ਤਰੀਕੇ ਨਾਲ ਧਾਰਨਾ ਕੱਟੀ ਜਾ ਸਕਦੀ ਹੁੰਦੀ ਹੈ ਭਈ ਜਾਂ ਤਾਂ ਤੁਸੀਂ ਬਿਲਕੁਲ ਠੀਕ ਫਿਰ ਉਸ ਤੋਂ ਉਲਟਾ ਸਟੈਂਡ ਲਾਓ ਲਾਓ ਤਾਂ ਮੰਨੀ ਹੈਗਾ ਹਾਂ ਔਰ ਹਰ ਵਾਰ ਲੋਕ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਚੀਜ਼ ਆਏ ਤਾਂ ਬੰਬਾਰਟਮੈਂਟ ਕਰ ਦੋ ਫਿਰ ਤਾਂ ਤੁਸੀਂ ਕਹੋ ਵੀ ਹਾਂ ਨਹੀਂ ਹੈ ਇਹ ਗਲਤ ਹੈ ਜੋ ਧਾਰਨਾ ਬਣਾਈ ਜਾ ਰਹੀ ਹੈ ਉਹ ਗਲਤ ਬਣਾਈ ਜਾ ਰਹੀ ਹੈ ਲੇਕਿਨ ਜਦੋਂ ਤੁਸੀਂ ਖੁਦ ਉਸੇ ਗੱਲ ਨੂੰ ਸਪੋਰਟ ਕਰਦੇ ਹੋ ਜਾਂ ਉਸ ਗੱਲ ਤੇ ਚੁੱਪ ਕਰ ਜਾਂਦੇ ਹੋ ਜੇ ਉਸ ਨੂੰ ਕੰਡੈਮ ਨਹੀਂ ਕਰਦੇ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਹਾਂ ਇਹ ਗੱਲ ਠੀਕ ਹੈ ਕਿ ਇਹ ਬੋਲੀ ਉਥੋਂ ਦੀ ਹੀ ਬੋਲੀ ਜਾ ਰਹੀ ਹੈ ਆਪਾਂ ਬ੍ਰੇਕ ਤੇ ਜਾਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਇਸ ਵਿਸ਼ੇ ਨੂੰ ਸਮੇਟਣਾ ਚਾਹੁੰਦਾ ਹਾਂ ਸਮੇਟਦੇ ਹੋਏ ਮੈਂ ਪੁੱਛਣਾ ਚਾਹੁੰਦਾ ਕਿ ਉਹਨਾਂ ਦੇ ਰਾਜਨੀਤਿਕ ਮਾਇਨੇ ਪੰਜਾਬ ਦੇ ਵਿੱਚ ਅਕਾਲੀ ਦਲ ਲਈ ਕੀ ਮੁੱਦਾ ਮਿਲ ਗਿਆ ਜੀ ਕੀ ਉਹ ਜਿਹੜੇ ਬੇਅਦਬੀਆਂ ਮਾਮਲੇ ਤੇ ਕਿਰੇ ਹੋਏ ਸੀ ਜਾਂ ਆ ਹੁਣ ਤਾਜ਼ਾ ਜਿਹੜਾ ਡਰੱਗ ਵਾਲਾ ਮਾਮਲਾ ਉਸ ਮਾਮਲੇ ਤੇ ਕਿਰੇ ਦੇ ਜਾ ਰਹੀ ਸੀ ਉਹਨਾਂ ਲਈ ਇੱਕ ਮੁੱਦਾ ਮਿਲ ਗਿਆ ਜਾਂ ਹੁਣ ਆਮ ਆਦਮੀ ਪਾਰਟੀ ਵੀ ਇਸ ਮੁੱਦੇ ਤੇ ਕਾਂਗਰਸ ਨੂੰ ਕੇਰ ਸਕਦੀ ਤੁਹਾਨੂੰ ਮੈਨੂੰ ਥੋੜਾ ਜਨਾ ਇੱਕ ਇਹ ਲੱਗਦਾ ਵੀ ਕਈ ਵਾਰੀ ਜਦੋਂ ਇਸ ਕਿਸਮ ਦਾ ਇਸ਼ੂ ਆ ਜਾਂਦਾ ਦੇਖੋ ਇਹ ਬਹੁਤ ਸੈਂਸਿਟਿਵ ਇਸ਼ੂ ਹੈ ਨੋ ਡਾਊਟ ਇਸ ਬ੍ਰਾਹਮਣੀਆਂ ਨਹੀਂ ਹੋਣੀ ਚਾਹੀਦੀ ਜਦ ਕੇ ਪਰ ਮੈਨੂੰ ਇਹ ਲੱਗਦਾ ਵੀ ਅੱਜ ਜਦੋਂ 2 ਵਜੇ ਵਿਧਾਨ ਸਭਾ ਸ਼ੁਰੂ ਹੋਏਗੀ ਹੂੰ ਤਾਂ ਮੈਨੂੰ ਇਹ ਲੱਗਾ ਵੀ ਸਾਰਾ ਫੋਕਸ ਜਿਹੜਾ ਉਹ ਇਸੇ ਤੇ ਆ ਜਾਏਗਾ ਚਾਹੇ ਉਹ ਕალიਦਲ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਦੋਨਾਂ ਨੇ ਪਰਸੋਂ ਇਹ ਗੱਲ ਕਲੈਰਿਟੀ ਨਾਲ ਕਹਤੀ ਸੀ ਵੀ ਜੇ ਡੀਜੀਪੀ ਨੇ ਇਸ ਗੱਲ ਤੇ ਮਾਫੀ ਨਹੀਂ ਮੰਗੀ ਤਾਂ ਅਸੀਂ ਵਿਧਾਨ ਸਭਾ ਨਹੀਂ ਚੱਲਣ ਦੇਾਂਗੇ ਠੀਕ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਇਸ਼ੂਜ਼ ਇਹ ਦੋਨੋਂ ਪਾਰਟੀਆਂ ਕਹਿੰਦੀਆਂ ਰਹੀਆਂ ਨੇ ਚਾਹੇ ਉਹ ਬਿਜਲੀ ਦਾ ਮੁੱਦਾ ਹੋਵੇ ਬੇਰੋਜ਼ਗਾਰੀ ਦਾ ਹੋਵੇ ਕੋਈ ਹੋਵੇ ਉਹ ਸਾਰੇ ਤੋਂ ਤੇ ਅਨਡਾਇਵਰਟ ਹੋ ਜਾਣਾ ਔਰ ਸਾਰਾ ਫੋਕਸ ਇਸਤੇ ਹੋ ਜਾਣਾ ਅੱਜ ਦਾ ਜੋ ਬਿਜ਼ਨਸ ਹੋਊਗਾ ਉਹ ਸਾਰੇ ਦਾ ਸਾਰਾ ਚੋਪਟ ਹੋ ਜਾਣਾ ਤੇ ਕੋਈ ਦੇਖੋ ਹੁਣ ਅੱਜ ਬੈਸ ਹੋਣੀ ਹੈ گورنر ਅਡਰੈਸ گورنر ਦੇ ਬਹੁਤ ਬੋਲਦੇ ਹਾਂ ਕੋਈ ਬੰਦੇ ਨੇ ਇਹ ਜੇ ਅਗਰ ਬੋਲ ਨਹੀਂ ਜਾਣ ਸਪੋਸ ਤੁਸੀਂ ਕਹੋ ਇਦਾਂ ਹੀ ਹੋਊਗਾ ਨਾ ਵੀ ਕੰਮ ਰੋਕੋ ਜੀ ਹਾਂ ਕੰਮ ਰੋਕੋ ਪਹਿਲਾਂ ਇਸਤੇ ਗੱਲ ਕਰੀਏ ਤਬ ਸਪੀਕਰ ਸਾਹਿਬ ਕਹਿ ਸਕਦੇ ਵੀ ਭਾਈ 20 ਮਿੰਟ ਲਈ ਸਾਣਾ ਠਾਇਆ ਉਠਾਣ ਦੀ ਵੀ ਲੋੜ ਨਹੀਂ ਹਾਂ ਕੋਰਨਰ ਅਡਰੈਸ ਤੇ ਬਾਅਦ ਸ਼ੁਰੂ ਕਰੋ ਹਾਂ ਉਹ ਤੋਂ ਬਾਅਦ ਗੱਲ ਕਰਾਂ ਨਹੀਂ 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 ਉਹਦੇ ਵਿੱਚ ਹੀ ਤੁਹਾਨੂੰ ਟਾਈਮ ਦਿੱਤਾ ਤੁਸੀਂ ਇਸਤੇ ਹੀ ਬੋਲ ਦੋ ਹਾਂ ਪਰ ਉਹ ਮੰਨਣਾ ਨਹੀਂ ਕਿਉਂਕਿ ਸਿਕਿਉਰਿਟੀ ਦਾ ਮਾਮਲਾ ਤਾਂ ਹੈ ਨਾ ਵਿੱਚ ਹਾਂ ਹਾਂ ਲਾਅ ਐਂਡ ਆਰਡਰ ਦਾ ਇੱਕ ਸਬਜੈਕਟ ਹੁੰਦਾ ਨਾ ਭੂ ਤਾਂ ਤੁਸੀਂ ਬੋਲੋ ਇਸਤੇ ਕਿੰਨਾ ਬੋਲਣਾ ਹੈ ਪਰ ਉਹ ਮੰਨਣਾ ਨਹੀਂ 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 ਬੋਲਣਾ ਹਾਂ ਕਿਉਂਕਿ ਉਹਨਾਂ ਦਾ ਮਕਸਦ ਹੀ ਸਿਰਫ ਇਹ ਹੈ ਕਿ ਇਸ ਨੂੰ ਕੰਸਨਟ੍ਰੇਟ ਕਰੋ ਇਸ ਉੱਤੇ ਹਾਂ ਔਰ ਬਾਕੀ ਸਾਰਾ business ਚਾਪਟ ਕਰ ਦਿਓ ਸੋ ਮੈਨੂੰ ਇਹ ਲੱਗਦਾ ਵੀ ਅੱਜ ਵੀ ਜੇ ਦੇਖੋ ਜੇ ਤਾਂ ਸਿਆਣੇ ਹੋਣ ਮਤਲਬ ਮੈਨੂੰ ਇਹ ਇਹ ਲੱਗਦਾ ਫਿਰ ਤਾਂ ਚੀਫ ਮਿਨਿਸਟਰ ਨੂੰ ਉੱਠ ਕੇ ਪਹਿਲਾਂ ਖੁਦ ਬਿਆਨ ਦੇਣਾ ਚਾਹੀਦਾ ਹਾਂ ਪਹਿਲਾਂ ਹੀ ਆਪ ਆਪ ਸ਼ੁਰੂ ਕਰਨਾ ਚਾਹੀਦਾ ਕਿਸੇ ਵੀ ਹੋਰ ਵਿਅਕਤੀ ਦੇ ਬੋਲਣ ਤੋਂ ਪਹਿਲਾਂ ਚੀ ਮੁਨਿਸਟਰ ਨੂੰ ਖੁਦ ਬਿਆਨ ਦੇਣਾ ਚਾਹੀਦਾ ਹੈ ਚਾਹੇ ਉਹ ਹੱਕ ਚ ਦੇਣ ਜਾਂ ਵਿਰੋਧ ਚ ਜੋ ਵੀ ਆ ਆਪਣਾ ਪੱਖ ਪਾਸ ਕਰਨਾ ਸਥਿਤੀ ਸਪਸ਼ਟ ਹੋਣੀ ਚਾਹੀਦੀ ਹੈ ਵੀ ਕੀ ਹੈ ਦੇਖੋ ਠੀਕ ਹੈ ਜਦੋਂ ਇਹ ਔਰ ਇਹ ਅਗਰ ਸਥਿਤੀ ਕਲੈਰਿਟੀ ਨਾਲ ਸਾਫ਼ ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਫਿਰ ਦੋਨੋਂ ਪਾਰਟੀਆਂ ਨੂੰ ਜਿਹੜੇ ਵਿਪੱਖਸ਼ ਵਾਲੀਆਂ ਹੈਗੀਆਂ ਨੇ ਉਹਨਾਂ ਨੂੰ ਇਸ ਦੀ ਬਜਾਏ ਕਿਉਂਕਿ ਇਹ ਤਾਂ ਕਲੀਅਰ ਹੋ ਹੀ ਜਾਊਗਾ ਇਸ ਦੀ ਬਜਾਏ ਆਪਣੇ ਜਿਹੜੇ ਇਸ਼ੂਜ਼ ਨੇ ਲੋਕਾਂ ਦੇ ਹਾਂ ਜਿਹੜੇ ਲੋਕਾਂ ਨਾਲ ਜੁੜੇ ਜੁੜੇ ਨੇ ਉਹਨਾਂ ਨੂੰ ਆਪ ਵਧੀਆ ਤਰੀਕੇ ਨਾਲ ਲੜਨਾ ਚਾਹੀਦਾ ਉੱਥੇ ਵੀ ਆਹ ਤਾਂ ਅਸੀਂ ਛੱਡਣੇ ਨਹੀਂ ਐ ਚਾਹੇ ਤੁਸੀਂ ਕਿਹੜਾ ਮਰਜੀ ਇਸ਼ੂ ਬਾਰੀ ਜੋ ਇਹ ਤਾਂ ਸਾਡੇ ਕੋਰ ਇਸ਼ੂ ਨੇ ਔਰ ਮੈਨੂੰ ਲੱਗਦਾ ਵੀ ਦਿੱਲੀ ਦੀ ਇਲੈਕਸ਼ਨਾਂ ਨੇ ਇਹ ਸਾਬਿਤ ਵੀ ਕਰਤਾ ਕਿ ਇਹ ਨਾਲ ਇਸ਼ੂ ਚੱਲਦੇ ਨੇ ਤੇ ਇਲੈਕਸ਼ਨ ਲੜੀ ਜਾ ਸਕਦੀ ਹੈ ਔਰ ਲੋਕ ਖੜਦੇ ਆ ਫਿਰ ਹਾਂ ਸੋ ਇਹ ਸਾਰੇ ਮਸਲੇ ਇਸ ਮਸਲਿਆਂ ਦੇ ਵਿੱਚ ਹੀ ਮਸਲਾ ਆਸ਼ੂ ਵਾਲਾ ਵੀ ਅਸੀਂ ਵਿਚਾਰਾਂਗੇ ਤੇ ਉੱਥੇ ਰੈਲੀਵਲ ਵੀ ਜਾਵਾਂਗੇ ਪਰ ਸਮਾਂ ਇੱਕ ਬ੍ਰੇਕ ਦਾ ਬ੍ਰੇਕ ਤੋਂ ਹੁਣੇ ਪਰਤਾਂ ਤੁਸੀਂ ਵੇਖਦੇ ਰਹੋ ਵੀਜ਼ਨ ਪੰਜਾਬ ਟੀਵੀ ਬਸ ਗਏ ਤੇ ਆਏ ਜਿਸਨ ਪੰਜਾਬੀ ਤੋਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਮੁੱਦਾ ਇੱਕ ਵਾਰ ਫਿਰਸ ਵਕਤ ਹੈ ਜੀ ਅ ਇੰਦਰਪ੍ਰੀਤ ਜੀ ਆਸ਼ੂ ਦਾ ਬਵਾਦਾ ਨਾਲ ਅਕਸਰ ਨਾਤਾ ਰਹਿੰਦਾ ਤੇ ਉਹਦੀ ਪਿੱਠ ਤੇ ਅਕਸਰ ਰਵਨੀਤ ਬਿੱਟੂ ਆਖ ਖਲੋਂਦਾ ਕਿਉਂਕਿ ਕਹਿੰਦੇ ਨੇ ਕਿ ਇਹਨਾਂ ਦੀ ਸਾਂਝ ਖਾਸੀ ਗੂੜੀ ਹੈ ਨਾ ਚਲੋ ਮਤਲਬ ਕਿ ਰਾਜਨੀਤਿਕ ਰਿਸ਼ਤੇ ਤਾਂ ਹੈ ਹੀ ਉਹ ਤੋਂ ਪੜਦੇ ਉਹਲੇ ਵੀ ਖਾਸ ਰਿਸ਼ਤੇ ਹੈਗੇ ਆ ਕਹਿੰਦੇ ਪਰ ਹੁਣ ਇਹ ਜਿਹੜਾ ਤਾਜ਼ਾ ਮਾਮਲਾ ਆ ਸਿੱਖੋਂ ਦਾ ਬੋਲਣਾ ਡੀਐਸਪੀ ਦਾ ਬੋਲਣਾ ਕਈ ਤਾਂ ਕਹਿੰਦੇ ਨੇ ਕਿ ਅਕਾਲੀਆਂ ਦੀ ਬੋਲੀ ਬੋਲਿਆ ਕਈ ਕਹਿੰਦੇ ਨੇ ਕਿ ਹਾਂ ਆਸ਼ੂ ਦੇ ਕੰਮੇ ਜੇ ਨੇ ਮਾਮਲਾ ਹੈ ਵੀ ਸੀ ਮਾਮਲਾ ਨਿਬੜ ਵੀ ਗਿਆ ਉਹਦੇ باوجود ਇਹਨਾਂ ਦੇ ਨਾਲ ਚਾਹੇ ਮਾਮਲੇ ਦਾ ਸਾਹਮਣੇ ਆਉਣਾ ਕਿਤੇ ਵੀ ਕੋਈ ਰਾਜਨੀਤਿਕ ਮਾਇਨੇ ਨੇ ਦੇਖੋ ਮੈਨੂੰ ਲੱਗਦਾ ਵੀ ਇਹ ਟੋਟਲੀ ਰਾਜਨੀਤੀ ਨਾਲ ਪ੍ਰੇਰਿਤ ਮਾਮਲਾ ਮੈਨੂੰ ਲੱਗ ਰਿਹਾ ਹੁਣ ਹੁਣ ਖਾਸ ਤੌਰ ਤੇ ਦੇਖੋ ਡੀਐਸਪੀ ਸੇਖੋਂ ਦਾ ਡੀਐਸਪੀ ਜੇਕਰ ਤੁਸੀਂ ਆਸ਼ੂ ਨੂੰ ਕਹੇ ਕਿ ਆਸ਼ੂ ਬਹੁਤ ਵਿਵਾਦਿਤ ਨਹੀਂ ਨੋ ਡਾਊਟ ਇੱਥੇ ਕੋਈ ਸ਼ੱਕ ਨਹੀਂ ਪਰ ਡੀਐਸਪੀ ਸੇਖੋ ਉਸ ਤੋਂ ਦੋ ਕਦਮ ਅੱਗੇ ਨੇ ਹਾਂ ਉਹ ਉਹ ਤੋਂ ਵੱਧ ਬਸ ਉਹਨਾਂ ਦਾ ਪਹਿਲਾਂ ਕਮਲ ਸ਼ਰਮਾ ਜਿਹੜੇ ਹੁਣ ਨਹੀਂ ਰਹੇ ਸਾਡੇ ਵਿੱਚ ਭਾਜਪਾ ਦੇ ਪ੍ਰਧਾਨ ਉਹਨਾਂ ਨਾਲ ਵੀ ਪੰਗਾ ਉਹਨਾਂ ਨਾਲ ਵੀ ਪੰਗਾ ਰਿਹਾ ਫਿਰ ਇੱਥੇ ਜਦੋਂ ਲੱਗੇ ਰਹੇ ਤੇ ਆਸ਼ੂ ਹੋਰ ਨਾਲ ਵੀ ਪੰਗਾ ਰਿਹਾ ਹਾਂ ਸੋ ਮੈਨੂੰ ਲੱਗਦਾ ਵੀ ਉਹਨਾਂ ਦਾ ਵੀ ਸੇਮ ਹੀ ਹੈ ਉਹ ਜਿੱਥੇ ਵੀ ਰਹਿੰਦੇ ਆ ਉਹਨਾਂ ਨਾਲ ਇਹ ਬਾਅਦ ਰਹਿੰਦੇ ਹੀ ਹੈ ਇਹ ਵੀ ਇੱਕੇ ਤਰ੍ਹਾਂ ਦਾ ਹੀ ਮਾਮਲਾ ਹੈ ਤੁਸੀਂ ਦੇਖੋ ਜਦੋਂ ਇਹ ਦੀ ਜਾਂਚ ਸੀ ਜਿਹੜੀ ਗ੍ਰੈਂਡ ਮੈਨ ਹੋਮਵਰ ਅ ਦੀ ਮੈਨਰ ਹੋਮ ਦੀ ਜਿਹੜੀ ਜਾਂਚ ਹੈਗੀ ਹੈ ਇਹ ਨਵਜੋਤ ਸਿੱਧੂ ਹੋਣਾ ਨੇ ਇਸ ਨੂੰ ਦਿੱਤੀ ਡੀਐਸਪੀ ਸੇਖੋਂ ਨੂੰ ਤਾਂ ਇਹ ਉਦੋਂ ਦੀ ਲੱਗਦਾ ਕਿਉਂਕਿ ਉਦੋਂ ਨਵਜੋਤ ਸਿੱਧੂ ਔਰ ਆਸ਼ੂਦੀ ਆਪਸ ਵਿੱਚ ਵਿਗੜ ਗਈ ਸੀ ਤੇ ਉਸ ਨੂੰ ਐਨਕਾਊਂਟਰ ਕਰਨ ਵਾਸਤੇ ਨਵਜੋਤ ਸਿੱਧੂ ਡੀਐਸਪੀ ਸੇਖੋਂ ਨੂੰ ਲੈ ਕੇ ਆਏ ਸੀ ਉਹਨਾਂ ਤੋਂ ਇਹ ਜਾਂਚ ਕਰਾਈ ਸੀ ਉਸ ਜਾਂਚ ਦੇ ਵਿੱਚ ਉਹ ਜਿਹੜੀ ਫੋਨ ਕਾਲਸ ਨੇ ਤੁਸੀਂ ਦੇਖਿਆ ਹੋਣੀਆਂ ਬਹੁਤ ਉਭਰੀਆਂ ਮਤਲਬ ਇਹ ਵਾਇਰਲ ਹੋਈਆਂ ਉਹਦੇ ਵਿੱਚ ਵੀ ਇਹ ਜਿਹੜੀ ਚੀਜ਼ ਕਾਫੀ ਆਈ ਗਈ ਹਟਾਇਆ ਫਿਰ ਉਹ ਉਹਨਾਂ ਨੇ ਮਤਲਬ ਆਪਣੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ WhatsApp ਤੇ ਮਤਲਬ ਕਿ ਕਿ ਕਿਸ ਕਿਸ ਕਿਸਮ ਦੀਆਂ ਗਾਲਾਂ ਇੱਕ ਤਰ੍ਹਾਂ ਦੀਆਂ ਕੱਢੀਆਂ ਤੁਸੀਂ ਉਹ ਦੇਖਿਆ ਹੀ ਨੇ ਸਾਰੇ ਸੋਸ਼ਲ ਮੀਡੀਆ ਤੇ ਚੱਲੇ ਰਹੇ ਨੇ ਔਰ ਇੱਕ ਕੈਬਿਨੇਟ ਚੁੱਟਾ ਇਸ਼ੂ ਜੀ 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 ਵੀ ਇਸ ਤਰ੍ਹਾਂ ਦਾ ਇੱਕ ਡੀਐਸਪੀ ਇੱਕ ਮਿਨਿਸਟਰ ਦੇ ਖਿਲਾਫ ਬੋਲ ਰਿਹਾ ਔਰ ਅਸੀਂ ਕੋਈ ਕਾਰਵਾਈ ਨਹੀਂ ਕਰ ਰਹੇ ਸਾਡੀ ਸਰਕਾਰ ਹੈ ਤਾਂ ਉਹਨੂੰ ਉੱਥੇ ਸਸਪੈਂਡ ਕੀਤਾ ਗਿਆ ਉਹਨਾਂ ਦੇ ਖਿਲਾਫ ਹੁਣ ਚਾਰਜ ਸ਼ੀਟ ਵੀ ਜਾਰੀ ਹੋ ਚੁੱਕੀ ਹੈ ਔਰ ਕਾਰਵਾਈ ਉਹਨਾਂ ਨੂੰ ਬਰਖਾਸਤ ਕਰਨ ਵੱਲ ਵੱਧ ਰਹੀ ਹੈ ਵੱਧ ਰਹੀ ਹੈ ਐਨ ਉਸ ਮੌਕੇ ਤੇ ਤੁਸੀਂ ਦੇਖੋ ਵੀ ਅੱਜ ਵਿਧਾਨ ਸਭਾ ਚ ਦੁਬਾਰਾ ਬੈਠਣੀ ਹੈ ਹੁਣ ਤੋਂ ਪਹਿਲਾਂ ਚੱਲੀ ਦਲ ਪੂਰੀ ਤਰੱਕੇ ਰਿਹਾ ਹੋਇਆ ਜਿਹੜਾ ਅਨਵਾਰ ਮਸੀ ਵਾਲਾ ਕੇਸ ਆ ਔਰ ਜਿਹੜਾ ਇਹ ਬਰਗਾੜੀ ਵਾਲੇ ਕੇਸ ਦੀ ਜਾਂਚ ਇੱਥੇ ਸਟੇਟ ਨੂੰ ਮਿਲ ਗਈ। ਸੋ ਇਹ ਦੋਨਾਂ ਤੇ ਉਹ ਬਹੁਤ ਘਿਰੇ ਹੋਏ ਨੇ। ਨੇਚਰਲੀ ਹੁਣ ਉਹਨਾਂ ਨੂੰ ਇੱਕ ਕੋਈ ਕਾਟ ਚਾਹੀਦੀ ਹੈ ਕਿ ਅਸੀਂ ਅਗਰੈਸਿਵ ਹੋ ਕੇ ਪੈਣੀ ਕਿਵੇਂ ਪੈਣਗੇ? ਹੁਣ ਉਹ ਪੈਣ ਲਈ ਮੁੱਦਾ ਮਿਲ। ਉਹਨਾਂ ਲਈ ਇੱਕ ਮੁੱਦਾ ਜਿਹੜਾ ਹੈਗਾ ਉਹ ਭਾਰਤ ਪੂਸ਼ਣ ਆਸ਼ੂ ਦੇ ਰੂਪ ਵਿੱਚ ਉਹਨਾਂ ਕੋਲੇ ਆ ਗਿਆ। ਜਦੋਂ ਇੱਕ ਡੀਐਸਪੀ ਜਿਹੜਾ ਹੈਗਾ 28 ਸਾਲ ਪੁਰਾਣੇ ਇੱਕ ਮਾਮਲੇ ਨੂੰ ਲੈ ਕੇ ਕਹਿ ਰਿਹਾ ਕਿ ਟਾਡਾ ਦੇ ਅਧੀਨ ਕਾਰਵਾਈ ਹੋਏ। ਆਲਦੋ ਕਿ ਟਾਡਾ ਵੀ ਖਤਮ ਹੋ ਚੁੱਕਿਆ। ਤੇ ਕਾਲਾ ਲਾ ਕੇ ਉਹਨਾਂ ਦੇ ਵਕੀਲ ਸਾਹਿਬ ਨੇ ਕਿਹਾ ਬਰੀ ਹੋਈ ਹੈ ਉਹ ਟਾੜਾ ਮਾਮਲੇ ਚ ਨਹੀਂ ਟਾੜਾ ਦਾ ਤਾਂ ਲੱਗਿਆ ਹੀ ਨਹੀਂ ਸੀ ਉਹਨਾਂ ਤੇ ਜਦੋਂ ਸ਼ੁਰੂ ਚ ਟਾੜਾ ਉਹਨਾਂ ਤੇ ਲਗਾਣਾ ਸੀਗਾ ਲੇਕਿਨ ਉਹਨਾਂ ਨੂੰ ਟਾੜਾ ਨਾ ਲਗਾ ਕੇ ਉਹਨਾਂ ਤੇ ਦੂਸਰੇ ਅਫੈਂਸ ਲਗਾ ਕੇ ਕੇਸ ਕੀਤਾ ਗਿਆ ਔਰ ਉਹਦੇ ਚ ਉਹ ਬਰੀ ਹੋ ਗਏ ਠੀਕ ਹੈ ਇਹਨਾਂ ਦਾ ਕਹਿਣਾ ਇਹ ਸੀਗਾ ਵੀ ਉਹਨਾਂ ਤੇ ਟਾੜਾ ਦੇ ਦੀਨ ਕਾਰਵਾਈ ਕਿਉਂ ਨਹੀਂ ਹੋਈ ਕਿ ਜਦਕਿ ਉਹ ਐਸਪੀ ਕੋਲੇ ਇਹ ਮੰਨੇ ਆ ਕਿ ਹਾਂ ਫਲਾਣੇ 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 ਅਤਵਾਦੀ ਜਿਹੜੇ ਹੈਗੇ ਨੇ ਉਹ ਸਾਡੇ ਇੱਥੇ ਰੁਕੇ ਰਹੇ ਆ ਮੇਰੀ ਡੇਰੀ ਦੇ ਵਿੱਚ ਰੁਕਦੇ ਰਹੇ ਆ ਸੋ ਇਸ ਤੇ ਕਾਟਾ ਦੀ ਕਾਰਵਾਈ ਕਰਨੀ ਬਣਦੀ ਸੀ ਬਣਦੀ ਸੀ ਠੀਕ ਸੋ ਉਹਨਾਂ ਨੇ ਕਿਹਾ ਵੀ ਇਹ ਰਾਜਨੀਤਿਕ ਨਾਲ ਪ੍ਰੇਰਿਤ ਮਤਲਬ ਇਸ਼ੂ ਹੈ ਔਰ ਜਦੋਂ ਮੈਨੂੰ ਕੋਰਟ ਨੇ ਬਰੀ ਕਰਤਾ ਤਾਂ 28 ਸਾਲ ਪੁਰਾਣਾ ਮਾਮਲਾ ਹੁਣ ਜਦੋਂ ਕਿ ਵਿਧਾਨ ਸਭਾ ਸੈਸ਼ਨ ਬਿਲਕੁਲ ਚੱਲਣਾ ਹੈ ਚੱਲਣਾ ਹੈ ਤਾਂ ਉਹਦੇ ਦੌਰਾਨ ਕਿਉਂ ਲਿਆ ਤਾ ਗਿਆ ਇਹ ਵੀ ਇਹਦੇ ਪਿੱਛੇ ਸਾਫ਼ ਹੈ ਕਿ ਉਹ ਇੱਕ ਮਤਲਬ ਇਸ ਤਰ੍ਹਾਂ ਦਾ ਮੇਰੇ ਖਿਲਾਫ ਮਾਹੌਲ ਬਣਾਉਣਾ ਚਾਹੁੰਦੇ ਆ ਤਾਂ ਕਿ ਮੇਰੀ ਜਿਹੜੀ ਛਵੀ ਹੈ ਉਹ ਖਰਾਬ ਹੋਏ ਔਰ ਨਮਰਿੰਦ ਬਿੱਟੂ 노 ਡਾਊਟ ਤੁਸੀਂ ਠੀਕ ਕਿਹਾ ਕਿ ਰਵਨੀਤ ਬਿੱਟੂ ਦੇਖੋ ਇੱਕ ਮੈਂਬਰ ਪਾਰਲੀਮੈਂਟ ਵੀ ਨੇ ਉਥੇ ਔਰ ਅਗਰ ਉਹ ਨਹੀਂ ਵੀ ਖੜਦੇ ਆਪਣੇ ਵਿਧਾਇਕ ਨਾਲ ਤਾਂ ਫਿਰ ਉਹਨਾਂ ਦੀ ਆਪਣੇ ਵੀ ਆਪਣੀ ਵੀ ਇਕਤ ਆਉਂਦੀ ਉਹ ਠੀਕ ਹੈ ਉੱਥੇ ਤੱਕ ਆਪਣੀ ਸਮਝ ਆਉਂਦੀ ਹੈ ਪਰ ਜਿਹੜੀ ਗੱਲ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਕੋਈ ਲੋਕਾਂ ਚ ਵੀ ਇਹ ਚਰਚਾ ਬਣ ਰਹੀ ਆ ਤੇ ਇਹ ਮਹਿਸੂਸ ਵੀ ਕੀਤਾ ਜਾ ਰਿਹਾ ਹੈ ਕਿ ਹਾਂ ਸਿੱਖੋਂ ਦੀ ਪਿੱਠ ਪਿੱਛੇ ਕਿਤੇ ਅਕਾਲੀ ਦਲ ਆ ਜਾਂ ਕਾਲੀ ਦਲ ਦੇ ਇਸ਼ਾਰੇ ਤੇ ਹੋ ਰਿਹਾ ਹੈ ਕਿ ਉਹਨਾਂ ਨੂੰ ਮੁੱਦਾ ਚਾਹੀਦਾ ਪਰ ਤੁਸੀਂ ਜਿਹੜਾ ਨਵਜੋਤ ਸਿੱਧੂ ਦਾ ਵਿਸ਼ਾ ਸੁਆ ਕਿ ਇਸ ਮਾਮਲੇ ਪਿੱਛੇ ਸੇਖੋਂ ਦੇ ਪਿੱਛੇ ਫਿਰ ਨਵਜੋਤ ਸਿੱਧੂ ਤਾਂ ਨਹੀਂ ਹੋ ਸਕਦਾ ਕਿ ਹੁਣ ਨਹੀਂ ਹੈ ਨਵਜੋਤ ਸਿੱਧੂ ਨੇ ਜਿਹੜਾ ਉਹ ਕੰਮ ਕਰਨਾ ਸੀ ਉਹ ਆਪਣਾ ਉਹਦੀ ਕਰ ਲਿਆ ਸੀ ਬਾਅਦ ਚ ਤਾਂ ਉਹਨਾਂ ਦੇ ਰਿਸ਼ਤੇ ਵੀ ਠੀਕ ਹੋ ਗਏ ਸੀਗੇ ਮਤਲਬ ਉਹ ਇਹ ਉਦੋਂ ਦੀ ਮੈਂ ਤੁਹਾਨੂੰ ਗੱਲ ਦੱਸਣੀ ਜਦੋਂ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਕੋਈ ਖਟਾਸ ਆ ਗਈ ਸੀ ਬਾਅਦ ਜਿਹੜਾ ਇਹ ਗਰਾਊਂਡ ਵਾਟਰ ਰੈਗੂਲੇਟਰੀ ਅਥਾਰਟੀ ਬਣਨੀ ਸੀਗੀ ਉਹਦਾ ਤਾਂ ਇਸ਼ੂ ਹੀ ਆਸ਼ੂਨ ਨੇ ਉਠਾਇਆ ਸੀਗਾ ਕਿ ਇਹ ਸ਼ਹਿਰੀਆਂ ਦੇ ਬੋਝ ਪੜਨਾ ਹੈ ਔਰ ਉਹਨਾਂ ਨੇ ਹੀ ਨਵਜੋਤ ਸਿੱਧੂ ਨੂੰ ਪੁਸ਼ ਕੀਤਾ ਸੀਗਾ ਕਿ ਇਨੂੰ ਰੋਕਿਆ ਜਾਵੇ ਔਰ ਨਵਜੋ ਸਿੱਧੂ ਨੇ ਜਦੋਂ ਕੈਬਨਟ ਦੇ ਵਿੱਚ ਮਤਲਬ ਇਹਨੂੰ ਅਥਾਰਟੀ ਨੂੰ ਰੋਕਿਆ ਤੇ ਉਹ ਆਸ਼ੂ ਨੇ ਹੀ ਆਸ਼ੂ ਨੂੰ ਹੀ ਸਮਰਥਨ ਦਿੱਤਾ ਇਸ ਇੱਕ ਤਰ੍ਹਾਂ ਨਾਲ ਸੋ ਮੈਨੂੰ ਲੱਗਦਾ ਵੀ ਉਸ ਤੋਂ ਬਾਅਦ ਤਾਂ ਦੋਨਾਂ ਦੇ ਵਿੱਚ ਕਾਫੀ ਠੀਕ ਹੋ ਗਏ ਸੀ ਰਿਸ਼ਤੇ ਲੇਕਿਨ ਇੱਕ ਵਾਰ ਤਾਂ ਜਦੋਂ ਚੀਜ਼ ਆ ਜਾਂਦੀ ਅੱਗੇ ਤਾਂ ਫਿਰ ਉਹ ਜਿਵੇਂ ਕਹੋ ਵੀ ਠੀਕ ਵੀ ਹੋ ਜਾਂਦਾ ਤਾਂ ਗੱਠ ਤਾਂ ਕਿਤੇ ਨਾ ਕਿਤੇ ਰਹਿੰਦੀ ਰਹਿੰਦੀ ਹੈ ਸੋ ਇਹ ਉਹੀ ਚੀਜ਼ ਹੈ ਕਿ ਗੱਠ ਹੈ ਤਾਂ ਉਹਦਾ ਹੈ ਲੇਕਿਨ ਮੈਨੂੰ ਇਹ ਲੱਗ ਰਿਹਾ ਕਿ ਹੁਣ ਵਾਲਾ ਜਿਹੜਾ ਇਸ਼ੂ ਹੈ ਇਹ ਇਹਦੇ ਵਿੱਚ ਸਿੱਧੂ ਦਾ ਤਾਂ ਨਹੀਂ ਲੇਕਿਨ ਹੋ ਸਕਦਾ ਕਿ ਅਕਾਲੀ ਦਲ ਦਾ ਕੋਈ ਹੱਥ ਜਰੂਰ ਹੋਵੇ ਤੇ ਜਾਂਦੇ ਜਾਂਦੇ ਅਕਾਲੀਆਂ ਦਲ ਨੂੰ ਵੀ ਚੈਲੰਜ ਤਾਂ ਲਗਾਤਾਰ ਮਿਲੇ ਰਹੇ ਨੇ ਉਹਦੇ ਵਿੱਚ ਚਾਹੇ ਉਹਨਾਂ ਨੇ ਉਹ ਬੋਨੀ ਉਹਨਾਂ ਨੂੰ ਵਾਪਸ ਵੀ ਲੈ ਲਿਆ ਪਰ ਉਹਦੇ ਬਾਵਜੂਦ ਕੱਲ ਜਿਹੜੀ ਰੈਲੀ ਕੀਤੀ ਆ ਟਕਸਾਲੀਆਂ ਨੇ ਉਸ ਰੈਲੀ ਨੇ ਫੇਰ ਕੋ ਡੈਂਟ ਪਾਇਆ ਇਹਨਾਂ ਨੂੰ ਚਿੰਤਾ ਪਾਈ ਆ ਦੇਖੋ ਬਹੁਤ ਵੱਡੀ ਚਿੰਤਾ ਟਕਸਾਲੀ ਅਕਾਲੀ ਦਲ ਇਹ ਲਈ ਇਹ ਸੀਗੀ ਕਿ ਜਦੋਂ 2 ਫਰਵਰੀ ਨੂੰ ਅਕਾਲੀ ਦਲ ਨੇ ਸੰਗਰੂਰ ਚ ਰੈਲੀ ਕੀਤੀ ਔਰ ਬਹੁਤ ਵੱਡੀ ਰੈਲੀ ਕੀਤੀ ਉਹਨਾਂ ਨੇ ਤਾਂ ਇਹ ਚੈਲੰਜ ਸੀ ਕਿ ਜਿਹੜਾ ਟਕਸਾਲੀ ਨੇਤਾਵਾਂ ਦਾ ਹੁਣ ਦਾ ਸਭ ਤੋਂ ਵੱਡਾ ਨੇਤਾ ਬਣ ਕੇ ਬੜਨ ਲਈ ਉੱਭਰ ਰਿਹਾ ਹੈ ਉਹ ਢੀਂਡਸਾ ਹੈ ਹਾਂ ਸੁਖਦੇਵ ਸਿੰਘ ਢੀਂਡਸਾ ਉਹ ਵਿੱਚ ਹੈ ਉਹ ਤੋਂ ਬਾਅਦ ਉਹਨਾਂ ਦੇ ਬੇਟੇ ਪ੍ਰਮੇਂਦਰ ਢੀਂਡਸਾ ਨੂੰ ਉਭਾਰਿਆ ਜਾ ਰਿਹਾ ਹੈ ਸੋ ਉਹਨਾਂ ਦੇ ਘਰ ਜਾ ਕੇ ਇਹ ਡੈਂਟ ਪਾਇਆ ਜਾਏ ਅਜਾ ਕਿਉਂਕਿ ਉਹ ਏਰੀਆ ਉਹਨਾਂ ਦਾ ਹੈ ਬਿਲਕੁਲ ਵੀ ਜੇ ਅਗਰ ਅਸੀਂ ਉੱਥੇ ਡੈਂਟ ਪਾ ਦਿੰਨੇ ਆ ਤਾਂ ਸਾਡੇ ਨਾਲ ਜਿਹੜੇ ਬਹੁਤ ਸਾਰੇ ਰੁਸੇ ਹੋਏ ਹੈਗੇ ਆ ਉਹ ਵਾਪਸ ਸਾਡੇ ਕੋਲੇ ਆ ਜਾਣਗੇ ਬੋਨੀ ਹੋਣੀ ਚਲੇ ਗਏ ਤੁਸੀਂ ਦੇਖਿਆ ਉਸ ਤੋਂ ਬਾਅਦ ਇਹ ਉਸੇ ਦਾ ਉਹਦਾ ਨਤੀਜਾ ਸੀ ਸੋ ਹੁਣ ਜਿਹੜਾ ਇਹਨਾਂ ਨੇ ਮੋੜ ਮਾਰ ਪਾਜੀ ਮੋੜੀ ਹੈ ਉਹ ਵੀ ਮੈਨੂੰ ਲੱਗਦਾ ਕਿ ਉਨੀ ਵੱਡੀ ਰੈਲੀ ਕੀਤੀ ਇਹਨਾਂ ਨੇ ਔਰ ਇਹ ਜ਼ਰੂਰੀ ਵੀ ਸੀਗਾ ਆਦਰਵਾਈਜ਼ ਮੈਨੂੰ ਲੱਗਦਾ ਵੀ ਟਕਸਾਲੀ ਜਿਹੜਾ ਮਤਲਬ ਗਰੁੱਪ ਉਬਰ ਰਿਹਾ ਹੈ ਉਹ ਸਮਰਥਨ ਵਿੱਚ ਮੋਰਲ ਡਾਊਨ ਹਾਂ ਉਹ ਚ ਉਹ ਮੋਰਲਲੀ ਡਾਊਨ ਹੋ ਜਾਂਦਾ ਡਾਊਨ ਹੋ ਜਾਂਦਾ ਔਰ ਦੂਜਾ ਇਹ ਸੀਗਾ ਕਿ ਦੇਖੋ ਕੋਈ ਨੇਤਾ ਕਿੱਡਾ ਵੀ ਵੱਡਾ ਜਾਂ ਛੋਟਾ ਹੋਵੇ ਆਪਣਾ ਘਰ ਤਾਂ ਉਹਨੂੰ ਬਚਾ ਕੇ ਰੱਖਣਾ ਹੀ ਪਊਗਾ। ਔਰ ਇਹਦੇ ਵਿੱਚ ਜਿਹੜੀ ਕੱਲ ਰੈਲੀ ਹੋਈ ਮਤਲਬ ਔਰ ਉਹਨਾਂ ਦਾ ਨਿਸ਼ਾਨਾ ਜਿਹੜਾ ਹਜੇ ਹਜੋ 2022 ਨੂੰ ਆਪਣਾ ਨਿਸ਼ਾਨਾ ਬਣਾ ਹੀ ਨਹੀਂ ਰਹੇ। ਉਹਨਾਂ ਦਾ ਹੈ ਕਿ ਪਹਿਲਾਂ ਅਸੀਂ ਸ਼ਰੋਮਣੀ ਕਮੇਟੀ ਦੇ ਉੱਤੇ ਹੀ ਕਬਜ਼ਾ ਕਰੀਏ। ਔਰ ਕੱਲ ਜਿਹੜਾ ਖਾਸ ਇੱਕ ਮਤਾ ਸੀ ਉਸ ਤੇ ਤੁਸੀਂ ਧਿਆਨ ਅਗਰ ਦਿੱਤਾ ਹੋਏ ਤਾਂ ਉਹ ਸੀ ਕਿ ਸੁਖਬੀਰ ਬਾਦਲ ਦੀ ਜਿਹੜੀ ਚੋਣ ਹੈ ਚੋਣ ਹੈ ਉਹਨੂੰ ਹਾਂ ਜੀ ਜੀ ਬਿਲਕੁਲ ਬਿਲਕੁਲ ਉਹਨੂੰ ਰਾਡੋ ਡੈਲੀਗੇਸ਼ਨਾਂ ਦੇ ਰਹੀ ਗੜਬੜਾ ਹੋ ਉਹਦੇ ਪਿੱਛੇ ਕਾਰਨ ਹੈ ਉਹ ਇਸ ਤਰ੍ਹਾਂ ਹੀ ਨਹੀਂ ਕੀਤੀ ਗਈ ਉਹਦੇ ਪਿੱਛੇ ਇੱਕ ਕਾਰਨ ਹੈ ਜੋ ਅੰਦਰ ਚਰਚਾ ਚੱਲ ਰਹੀ ਹੈ ਉਹ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਕੋਰਟ 'ਚ ਜਿਹੜੀ ਹੈਗੀ ਚੁਣੌਤੀ ਦਿੱਤੀ ਜਾਏ ਜੀ 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 ਦੇਖੋ ਜੇ ਕੋਰਟ 'ਚ ਚੁਣੌਤੀ ਦੇ ਦਿੰਦੇ ਆ ਤਾਂ ਪ੍ਰਧਾਨਗੀ ਖਤਰੇ 'ਚ ਪੈ ਜਾਂਦੀ ਹੈ ਪ੍ਰਧਾਨਗੀ ਵੀ ਚੋਣ ਨਿਸ਼ਾਨ ਤੱਕ ਵੀ ਗੱਲ ਜਾ ਸਕਦੀ ਹੈ ਮੈਂ ਉਹੀ ਕਹਿ ਰਿਹਾ ਪ੍ਰਧਾਨਗੀ ਜੇ ਲੋ ਖਤਰੇ ਚ ਪਊਗੀ ਤਾਂ ਦੋਨੋਂ ਬੰਦੇ ਕਲੇਮ ਕਰਨਗੇ ਕਿ ਤੱਕੜੀ ਚੋਂ ਨਿਸ਼ਾਨ ਸਾਨੂੰ ਮਿਲਿਆ ਹਾਂ ਮੈਂ ਬਿਲਕੁਲ ਠੀਕ ਹੈ ਜਦੋਂ ਚੱਕ ਜਦੋਂ ਵਿਵਾਦ ਹੋ ਜਾਂਦਾ ਤਾਂ ਫਿਰ ਗਵਰਨਮੈਂਟ ਕੀ ਜਾਂ ਕੋਰਟਾਂ ਕੀ ਕਰਦੀਆਂ ਨੇ ਉਸ ਚੀਜ਼ ਨੂੰ ਹਟਾ ਦਿੰਦੀਆਂ ਉਸ ਚੀਜ਼ ਨੂੰ ਹਟਾਈ ਦਿੰਦੀਆਂ ਕਿ ਇਹ ਦੋਨਾਂ ਦਾ ਨਹੀਂ ਹੈ ਜਦ ਤੱਕ ਮਤਲਬ ਐਸਾ ਫੈਸਲਾ ਨਹੀਂ ਹੁੰਦਾ ਤਾਂ ਮੈਨੂੰ ਇਹ ਲੱਗਦਾ ਵੀ ਇਹਨਾਂ ਦਾ ਜਿਹੜਾ ਇੱਕ ਬਿਲਕੁਲ ਸਿੱਧਾ ਸਿੱਧਾ ਉਹ ਹੈਗਾ ਉਹਨੂੰ ਚੋਂ ਨਿਸ਼ਾਨ ਖੋਣਾ ਉਹਨੂੰ ਨਿਸ਼ਾਨ ਨੂੰ ਖੋਣਾ ਕਿ ਖੋਣਾ ਨਹੀਂ ਤਾਂ ਉਹਨੂੰ ਫ੍ਰੀਜ਼ ਕਰ ਦੋ ਹਾਂ ਬਸ ਤਾਂ ਮੈਨੂੰ ਲੱਗਦਾ ਵੀ ਉਦੋਂ ਇਹਨਾਂ ਨੂੰ ਜਿਹੜਾ ਉੱਥੇ ਅ ਜਿਹੜਾ ਐਸਜੀਪੀਸੀ ਦੀ ਇਲੈਕਸ਼ਨਾਂ ਹੋਣ ਜਾਂ 2022 ਦੇ ਵਿੱਚ ਜਦੋਂ ਇਹਦੀ ਇਲੈਕਸ਼ਨ ਹੈਗੀ ਵਿਧਾਨ ਸਭਾ ਦੀ ਤਾਂ ਉਹ ਇੱਕ ਵੱਡਾ ਡੈਂਟ ਅਕਾਲੀਦਲ 'ਚ ਪਾ ਦੇਣਗੇ ਤੇ ਇਹ ਇਸ ਨੂੰ ਕਾਊਂਟਰ ਕਰਨ ਲਈ ਤੁਹਾਨੂੰ ਲੱਗਦਾ ਕਿ ਅਕਾਲੀਦਲ ਨੇ ਵੀ ਕੋਈ ਤਿਆਰੀ ਕੀਤੀ ਵੀ ਹੁਣ ਦੇਖੋ ਅਕਾਲੀਦਲ ਲਗਾਤਾਰ ਕਰਤਾ ਰਿਹਾ ਦੇਖੋ ਹਰ ਜ਼ਿਲ੍ਹੇ 'ਚ ਉਹਨਾਂ ਨੇ ਜਿਹੜੀਆਂ ਰੈਲੀਆਂ ਰੱਖੀਆਂ ਉਹ ਉਸ ਦੇ ਉੱਤੇ ਕੰਮ ਕਰ ਰਿਹਾ ਫਿਰ ਆਹੀ ਜਿਹੜੀ ਵੱਡੀ ਰੈਲੀ ਸੀਗੀ ਸੰਗਰੂਰ ਵਾਲੀ ਇਸ ਦੇ ਉੱਤੇ ਕੰਮ ਕਰ ਰਿਹਾ ਹੁਣ ਜਿਹੜਾ ਇਹ ਡੀਜੀਪੀ ਵਾਲਾ ਈਸ਼ੂ ਆ ਗਿਆ ਇਸ ਦੇ ਉੱਤੇ ਉਹਨਾਂ ਨੇ ਮੂਹਮ ਛੜਨ ਦੀ ਗੱਲ ਕਰਤੀ ਐ ਸੋ ਕਰਤਾ ਰਹੇ ਐ ਲੇਕਿਨ ਹਜੇ ਸਫਲਤਾ ਨਹੀਂ ਮਿਲ ਰਹੀ ਉਹ ਜਿਹੜੀ ਉਹਨਾਂ ਨੂੰ ਚਾਹੀਦੀ ਅਕਾਲੀਵਾਲ ਦੀ ਤੱਕੜੀ ਹੁਣ ਕਿਹਦੇ ਹੱਥ 'ਚ ਦਿਖ ਰਹੀ ਐ ਤੁਹਾਨੂੰ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਕੇ ਵਿਕਰਮਜੀਤਿਆ ਹਾਂ ਜੇ ਤੱਕ ਤਾਂ ਦੇਖੋ ਪ੍ਰਧਾਨਗੀ ਜਿਹੜੀ ਦੇਖੋ ਹੁਣ ਬਾਲ ਸਭ ਤੋਂ ਵੱਡੇ ਜਿਹੜੇ ਹੈਗੇ ਆ ਉਹ ਬਿਲਕੁਲ ਸਾਈਡ ਲਾਈਨ ਦੇ ਹੀ ਨੇ ਉਹ ਮਤਲਬ ਉਸ ਟਾਈਮ ਹੀ ਬਾਹਰ ਆ ਗਏ ਉਹਦੇ ਵਿੱਚ ਹੀ ਚਲੇ ਗਏ ਐ ਪਰ ਉਹਨਾਂ ਦੇਖੋ ਏਜ ਵੀ ਕਾਫੀ ਹੋ ਗਈ ਐ ਉਹਨਾਂ ਦੀ 92 ਤਰ੍ਹਾਂ ਦੇ ਸਾਲ ਇਹ ਕੋਈ ਛੋਟੀ ਏਜ ਨਹੀਂ ਦੀ ਵੀ ਤੁਸੀਂ ਪੂਰੀ ਪਾਰਟੀ ਨੂੰ ਅੱਗੇ ਲੈ ਕੇ ਚੱਲ ਸਕੋ ਇਹ ਥੋੜਾ ਜਿਹਾ ਦਿੱਕਤ ਹੈਗੀ ਹੈ ਔਰ ਸੁਖਪੀਰ ਔਰ ਵਿਕਰਮ ਹੋਰਾਂ ਤੋਂ ਹਜੇ ਉਹ ਗੱਲ ਨਹੀਂ ਬਣ ਰਹੀ ਜਿਹੜੀ ਪੰਥਕ ਜਿਹੜਾ ਪੰਥ ਹੈ ਕਿ ਪੰਥ ਉਹਨਾਂ ਦੇ ਪਿੱਛੇ ਖੜਦਾ ਉਹ ਪੰਥ ਦਾ ਭਰੋਸਾ ਨਹੀਂ ਉਹ ਜਿੱਤ ਪਾ ਰਹੇ ਉਹ ਹਜੇ ਦਿੱਕਤ ਹੈਗੀ ਹੈ ਔਰ ਸਪਸ਼ਟ ਰੂਪ ਤੇ ਦਿਖਾਈ ਵੀ ਦੇ ਰਹੀ ਹੈ ਪਰ ਜਿਹੜੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ ਉਹ ਉਹ ਨਹੀਂ ਜਿਹੜੇ ਲੋਕਾਂ ਨੇ ਬਿਜ਼ਨਸ ਮਤਲਬ ਤੁਸੀਂ ਕਹਿ ਲਓ ਚੱਲਦੇ ਆ ਉਹ ਉਹਨਾਂ ਦੇ ਸਿਰ ਦੇ ਉੱਤੇ ਸੋ ਹਜੇ ਤੱਕ ਤਾਂ ਮੈਨੂੰ ਲੱਗਦਾ ਵੀ ਇਹ ਹੀ ਲੋਕ ਉਹਨਾਂ ਨਾਲ ਨੇ ਜਦ ਤੱਕ ਲੇਕਿਨ ਪੰਥ ਨਹੀਂ ਸਾਹਮਣੇ ਨਾਲ ਜੁੜਦਾ ਤਾਂ ਤੱਕ ਇਹਨਾਂ ਨੂੰ ਪਾਰਟੀ ਬਣਾਉਣੇ ਕਹਾਣੇ ਰੰਗ ਵਿੱਚ ਨਹੀਂ ਆ ਸਕਦਾ ਬਿਲਕੁਲ ਬਿਲਕੁਲ ਬੇਸ਼ੱਕ ਅੰਦਰਪ੍ਰੀਤ ਉਹਨਾਂ ਦਾ ਕਹਿਣਾ ਕਿ ਅਕਾਲੀ ਦਲ ਲਈ ਇਹ ਮੁੱਦੇ ਜਰੂਰ ਮਿਲ ਗਏ ਨੇ ਚਾਹੇ ਉਹ ਆਸ਼ੂ ਵਾਲਾ ਮੁੱਦਾ ਹੋਵੇ ਤੇ ਚਾਹੇ ਦਿਨਕਰ ਗੁਪਤਾ ਹੋਰ ਵਾਲਾ ਜਿਹੇ ਜਿਹੇ ਬਿਆਨ ਹੁਣ ਇਹਨਾਂ ਮੁੱਦਿਆਂ ਤੇ ਲੈ ਕੇ ਕਿੰਨਾ ਕ ਲੋਕਾਂ ਚ ਆਪਣਾ ਭਰੋਸਾ ਦੁਆਰਾ ਕਾਇਮ ਕਰ ਪਾਉਂਦੀ ਹੈ ਤੇ ਦਰਸਾ ਪਾਉਂਦੀ ਹੈ ਕਿ ਨਹੀਂ ਅਸੀਂ ਪੰਥਕ ਮਸਲਿਆਂ ਤੇ ਲੜਨ ਲਈ ਹਜੇ ਵੀ ਤਿਆਰ ਹਾਂ ਪਰ ਨਾਲ ਹੀ ਅੰਦਰਪ੍ਰਿੰਦਾ ਵੀ ਕਹਿਣਾ ਕਿ ਸੁਖਵੀਰ ਬਾਲ ਤੇ ਵਿਕਰਮਜੀਤਿਆ ਤੋਂ ਜੋ ਗੱਲ ਨਹੀਂ ਬਣ ਰਹੀ ਪਰ ਮਸਲਾ ਹੈ ਦਿਨਕਰ ਗੁਪਤਾ ਨੇ ਹੁਣ ਤੱਕ ਕਰਤਾਰਪੁਰ ਸਾਹਿਬ ਗਏ ਸ਼ਰਧਾਲੂਆਂ ਦੇ ਉੱਤੇ ਜਿਹੜਾ ਅਤਵਾਦ ਦਾ ਰਸਨ ਚਿੰਨ ਲਾਇਆ ਉਦੇ ਜਵਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅੰਦਰ ਸਿੰਘ ਕੁਝ ਬੋਲ ਪਾਉਂਦੇ ਨੇ ਜਾਂ ਨਹੀਂ ਕਿ ਉਹ ਵੀ ਉਹਦੇ ਬੋਲਾਂ ਚ ਸੁਰਚ ਸੁਰ ਮਿਲਾਉਂਦੇ ਨੇ ਸੋ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਸ਼ਰਧਾਲੂਆਂ ਨੂੰ ਅਤਵਾਦੂ ਕਹਿਣਾ ਤੇ ਉਹ ਵੀ ਪੰਜਾਬ ਦੇ ਡੀਜੀਪੀ ਵੱਲੋਂ ਹੁਣ ਚਾਹੇ ਉਹ ਮਾਫੀਆਂ ਮੰਗਣ ਚਾਹੇ ਖੇਦ ਪ੍ਰਗਟਾਉਣ ਪਰ ਤੀਰ ਜ਼ਬਾਨ ਚੋਂ ਨਿਕਲ ਚੁੱਕਾ ਹੈ ਤੇ ਬੋਲ ਬੋਤ 35 ਪਚਾਰੇ ਨੇ ਸੋ ਇਸ ਤੇ ਬਵਾਦ ਹੋਏਗਾ ਬਦਾਨ ਸਵਾਚ ਵੀ ਤੇ ਬਾਹਰ ਵੀ ਤੇ ਉਹਦੇ ਪਰ ਸਾਡੀ ਵੀ ਨਜ਼ਰ ਰਹੇਗੀ ਚਰਚਾ ਦੇ ਪ੍ਰੋਗਰਾਮ ਚ ਜਿਹੇ ਵਿਸ਼ਿਆਂ ਤੇ ਫਿਰ ਕਰਾਂਗੇ ਚਰਚਾ ਨਵੇਂ ਮਹਿਮਾਨਾਂ ਨਾਲ ਨਮੀਆਂ ਗੱਲਾਂ ਨਾਲ ਫਿਰ ਪਰਤਾਂਗੇ ਇਸ ਪ੍ਰੋਗਰਾਮ ਤੋਂ ਤੁਸੀਂ ਵੇਖਦੇ ਰਹੋ ਵੀਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ